ਕੁੱਕੂ ਰਾਣਾ ਰੁੰਦਾ ਹਾਈ ਮੈਂ ਮਰ ਗੀਰੁੰਦਾ ਅਰੇ ਨਾ ਰੋਦਨ ਆਵੇ ਮਾਂ ਦੇ ਆ ਮਾਲ ਖਜ਼ਾਨਿਆਂ ਵੇ ਮਾਂ ਦੀ ਓਦੀ ਗੋਦੀ ਵੇ ਪਿਓ ਦੀ ਫੜਿਓ ਫੋਦੀ ਵੇ ਵੀ ਮੇਰਾ ਕੁੱਕੂ ਰਾਣਾ ਰੁੰਦਾ ਲੇਕਿਨ ਸਰ ਜਿਹੜੇ ਸਰੋਤਾ ਵਰਗ ਹੈ ਸਾਡਾ ਇਹਦਾ ਮੈਂ ਇੱਕ ਚੀਜ਼ ਦੇਖਿਆ ਵੀ ਮੈਨੂੰ ਜਿ ਮਲੇ ਹੋਣ ਕਿ ਪੰਜ ਪਰਸੈਂਟ ਸੋਅ ਦੇ ਵਿੱਚੋਂ ਮਿਲੇ ਹੋਣਗੇ ਨਹੀਂ ਤਾਂ ਆ ਮਿਲਦਾ ਤੇ ਰੋਟੀ ਨਹੀਂ ਮਿਲਦੀ ਜੀ ਇਹ ਤਾਂ ਗੱਲ ਹੈ ਇਹ ਤਾਂ ਬਿਲਕੁਲ ਜੀ ਤੁਸੀਂ ਮੈਨੂੰ ਦੱਸੋ ਵੀ ਮੈਂ ਸਹੀ ਤੇ ਗਾ ਕੇ ਮੈਂ ਨਾ ਉਹਦੇ ਬੱਚਿਆਂ ਦਾ ਢਿੱਡ ਭਰ ਸਕਿਆ ਨਾ ਮੈਂ ਜਿਹੜਾ ਹੈਗਾ ਵੀ ਆਪਦੇ ਬੱਚੇ ਦੇ ਲਾਰਜ ਪ੍ਰੋਪਰ ਕਰਵਾ ਪਾ ਰਿਹਾ ਹੈਗਾ ਵੀ ਜਿਹੜੇ ਆ ਵਿਊਅਰ ਵਧਾ ਰਹੇ ਹੈਗੇ ਵੀ ਕਿੰਨੇ ਕੋਈ ਪੈਸੇ ਦੇ ਕੇ ਵਧਾਈ ਜਾਂਦਾ ਮੈਂ ਕਹਿੰਨਾ ਵੀ ਜੇ ਮੈਨੂੰ 500 ਦਰਸ਼ਕ ਮਿਲ ਗਏ 5 ਸਰੋਤੇ ਵੀ ਮਿਲ ਗਏ ਤਾਂ ਮੇਰਾ 5 ਲੱਖ ਹੈ। ਭੋੜੀ ਤੇਰੀ ਓ ਮੱਲਾ ਸੂਣੀ ਸੂਣੀ ਸੱਜ ਦੀ ਕੱਠੀ ਨਾਲ ਫੱਬਦਾ ਕੱਠੀ ਤੇ ਸਰਦਾਰ ਮੈਂ ਬਲੇ ਹਾਰੀ ਬੇਮਾਨ ਦੇ ਅਸਰ ਜੈਣਾ ਸੋ ਇਹ ਜਨ ਦੀ ਪ੍ਰਵਾਨਿਤ ਹੋ ਗਏ ਜਿਹੜੇ ਜਾਂਦੇ ਜੀ ਤੁਹਾਡੇ ਲੋਕ ਗੀਤ ਬਣ ਜਾਣ ਮੈਂ ਕਹਿੰਨਾ ਵੀ ਇਸ ਤੋਂ ਵੱਡੀ ਸੰਤੁਸ਼ਟੀ ਵਾਲੀ ਕੋਈ ਗੱਲ ਹੀ ਨਹੀਂ ਸਰ ਨਵੀਂ ਜਨਰੇਸ਼ਨ ਦੇ ਉੱਤੇ ਇੱਕ ਇੱਕ ਸਾਡੇ ਕਈ ਕਲਾਕਾਰ ਕਹਿ ਦਿੰਦੇ ਹੈਗੇ ਕਿ ਗਾਉਣ ਦਾ ਅਸਰ ਨਹੀਂ ਪੈਂਦਾ ਥੋਪੇ ਜਾ ਰਿਆ ਨਹੀਂ ਇਹ ਥੋਪੇ ਜਾ ਰਿਹਾ ਜੇ ਫਿਰ ਜੇ ਨਹੀਂ ਅਸਰ ਪੈਂਦਾ ਤਾਂ ਗੁਰੂ ਸਾਹਿਬ ਜੀ ਨੂੰ 52 ਸ਼ਹਿਰ ਰੱਖਣ ਦੀ ਕੀ ਲੋੜ ਪਈ ਸੀ ਉਹ ਵੀਰ ਅਸ ਬਿਲਕੁਲ ਦੇ ਸੀ ਉਹਨਾਂ ਦੇ ਵਿੱਚ ਸਪਿਰਟ ਪੈਦਾ ਕਰਦੇ ਸੀ ਮੈਂ ਕਹਿੰਦਾ ਵੀ ਘਾਉਣ ਵਾਲੇ ਸਾਡੇ ਅਸੀਂ ਇਧਰ ਨੂੰ ਝਾਤਾਂ ਮਾਰ ਗਏ ਸਾਡਾ ਵਿਰਸਾ ਕਿੱਡਾ ਵੱਡਾ ਹੈ ਅਸੀਂ ਕਿਉਂ ਨਹੀਂ ਉਹ ਪ੍ਰੋਸਕੇ ਦਿੰਦੇ ਜੋ ਅਸੀਂ ਬੱਚਿਆਂ ਨੂੰ ਪ੍ਰੋਸਕੇ ਦੇਈ ਜਾ ਰਹੇ ਹਾਂ ਉਹ ਹੀ ਬੱਚੇ ਕਰ ਰਹੇ ਆ ਛੇ ਜੀ ਨਵੀਂ ਜਨਰੇਸ਼ਨ ਹੈ ਨੌਜਵਾਨ ਪੀੜੀ ਅਸਰ ਅਸੀਂ ਉਹਨਾਂ ਨੂੰ ਕਿਹੜੇ ਹਸਾਬ ਨਾਲ ਕਹੀਏ ਕਿ ਬੱਚਾ ਵੀ ਤੁਸੀਂ ਸਾਰੇ ਲਿਟਰੇਰੀ ਗਾਣੇ ਗਾਓ ਉਹਨਾਂ ਨੂੰ ਮੈਂ ਜਣਦੀ ਐਨੀ ਬੇਨਤੀ ਕਰ ਦਉਣਾ ਵੀ ਲਿਟਰੇਰੀ ਵੀ ਰੱਖੋ ਜੀ ਸਤ ਸਤ ਸਤਰਾਂ ਚ ਸੱਬੇ ਖੈਰਾਂ ਮਾਲੇ ਤੈਨੂੰ ਸਾਬਤ ਸਬੂਤਿਆਂ ਦੀ ਸੁਣੇ ਸੁਭਾ ਸ਼ਾਮ ਹੈ ਆਦ ਜੁਗਾਦ ਸੱਚ ਹੈ ਪੀ ਸੱਚ ਹੋਸੀ ਸੱਚ ਰੱਬ ਦੀ ਸੁਗਾਤ ਤੇਰਾ ਬਲ ਧੀਰ ਨਾਮ ਹੈ ਆ ਜਿਹੜੇ ਗਾਣੇ ਹੈਗੇ ਜੀ ਗਾਉਣੇ ਜਿਹੜੇ ਆ ਚੱਕ ਦੇ ਘੜੇ ਤੋਂ ਕੋਲਾ ਮੰਦਗੇ ਆ ਰਾਮ ਰੱਖੀਏ ਵਗੈਰਾ ਤਾਂ ਇਹ ਤਾਂ ਭਾਵੇਂ ਸ਼ਾਮ ਨੂੰ ਤੁਸੀਂ ਵੀ ਕਰਵਾ ਲਓ ਪੰਜਾਬੀ ਨਿਊਜ਼ ਆਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਦੋਸਤੋ ਸੋਰ ਤੇ ਸਰਗਮ ਸੁਰ ਤੇ ਸਾਤ ਸੁਰ ਤੇ ਸੰਗੀਤ ਕਿੰਨੇ ਸ਼ਬਦ ਨੇ ਜਿਹੜੇ ਸਾਡੇ ਨਾਲ ਜੁੜਦੇ ਨੇ ਤੇ ਜਦੋਂ ਜ਼ਿੰਦਗੀ ਇੱਕ ਸੁਰ ਹੋ ਜਾਂਦੀ ਹੈ ਉਦੋਂ ਬੜਾ ਕੁਝ ਸੁਰੀਲਾ ਹੋ ਜਾਂਦਾ ਹੈ ਕਦੇ-ਕਦੇ ਸ਼ੁਰੀਲਾ ਵੀ ਹੋ ਜਾਂਦਾ ਹੈ ਪਰ ਜਦੋਂ ਸੁਰੀਲਾ ਹੁੰਦਾ ਹੈ ਉਦੋਂ ਜ਼ਿੰਦਗੀ ਦੀ ਤਾਲ ਤੇ ਸੁਰ ਮਿਲ ਜਾਂਦੀ ਹੈ ਤੇ ਕਈ ਵਾਰ ਸਾਨੂੰ ਇਹੋ ਜਿਹੇ ਬੰਦੇ ਮਿਲ ਜਾਂਦੇ ਜਿਹੜੇ ਸੱਚੀ ਸੁਰ ਵਰਗੇ ਹੁੰਦੇ ਹੈ ਸੰਗੀਤ ਰੂਹ ਨੂੰ ਸਕੂਨ ਬਖਸ਼ਦਾ ਹੈ ਤੇ ਅੱਜ ਤੁਹਾਡੇ ਤੋਂ ਇੱਕ ਸਵਾਲ ਪੁੱਛਦਾ ਹਾਂ ਸ਼ੁਰੂ ਦੇ ਵਿੱਚ ਕਿ ਤੁਸੀਂ ਕਦੇ ਉਹ ਗੀਤ ਸੁਣਿਆ ਨੀਮਾ ਦਾ ਕੁੱਕੂ ਰਾਣਾ ਰੋਂਦਾ ਤੁਸੀਂ ਉਹ ਗੀਤ ਸੁਣਿਆ ਜਦੋਂ ਕਦੇ ਇਤਿਹਾਸ 'ਚ ਗੱਲਾਂ ਹੋਣਗੀਆਂ ਬੇਮੌਤੇ ਮੋਇਆਂ ਨੂੰ ਅੱਖੀਆਂ ਰੋਣਗੀਆਂ ਤੁਸੀਂ ਮਾਂ ਦੇ ਆ ਸਰਬਣਾ ਗੀਤ ਸੁਣਿਆ ਜੇ ਸੁਣਿਆ ਤਾਂ ਜਿਹੜੀ ਸ਼ਖਸੀਅਤ ਦੇ ਨਾਲ ਸਾਂਝ ਪਾ ਰਹੇ ਆ ਉਹਦੇ ਬਾਰੇ ਤੁਹਾਨੂੰ ਬਹੁਤ ਸਾਰਾ ਕੁਝ ਪਤਾ ਹੋ ਤੇ ਜੇ ਨਹੀਂ ਸੁਣਿਆ ਇਹ ਗੀਤ ਜ਼ਰੂਰ ਸੁਣਿਓ ਇਹ ਤੁਹਾਡੀ ਰੂਹ ਨੂੰ ਸਕੂਨ ਦੇਣਗੇ ਤੇ ਅੱਜ ਬਲਤੇਰ ਮਹਲਾਹੋਰਾ ਦੇ ਨਾਲ ਗੱਲਬਾਤ ਕਰ ਰਹੇ ਆ ਸੱਚੀ ਜਿਹੜੇ ਸ਼ਬਦ ਹੁੰਦੇ ਆ ਉਹਨਾਂ ਦੇ ਨਾਲ ਇਨਸਾਫ ਕਰਨ ਵਾਲੀ ਇਹ ਰੂਹ ਜਿਹੜਾ ਸੰਗੀਤ ਕਿਹਾ ਜਾਂਦਾ ਹੈ ਕਿਤੇ ਨਾ ਕਿਤੇ ਇਹ ਆ ਕਿ ਕੜਮਾਸ ਭਰੇ ਦੌਰ ਦੇ ਵਿੱਚ ਕਮਰਸ਼ੀਅਲ ਬੜਾ ਕੁਝ ਚੱਲਦਾ ਹੈ ਸੁਰਤਾਲ ਤੋਂ ਹਟਮੀਆਂ ਗੱਲਾਂ ਚੱਲਦਿਆਂ ਨੇ ਉੱਥੇ اخلاق ਕਿਤੇ ਰਹਿ ਨਹੀਂ ਉੱਥੇ اخلاق ਨਹੀਂ ਰਹਿੰਦਾ ਉੱਥੇ ਸਿਰਫ ਤੇ ਸਿਰਫ ਇੱਕ ਚਾਹਤ ਰਹਿ ਜਾਂਦੀ ਹੈ ਇੱਕ ਭੁੱਖ ਰਹਿ ਜਾਂਦੀ ਹੈ ਇੱਕ ਲਾਲਚ ਤੇ ਇੱਕ ਹਵਸ ਹੁੰਦੀ ਹੈ ਪਰ ਕੁਝ ਲੋਕ ਸਾਹਿਤ ਤੇ ਸਭਿਆਚਾਰ ਦੀ ਪੁੱਠ ਚਾੜ ਕੇ ਵੀ ਕੰਮ ਕਰਦੇ ਨੇ ਤੇ ਅੱਜ ਉਹੀ ਪੁੱਠ ਉਹ ਗੀਤ ਜਿਹੜੇ ਕਦੇ ਕਹਿੰਦੇ ਆ ਕਿ ਬੇ ਮ ਤੜਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ ਇਹੋ ਜਿਹੇ ਗੱਲਾਂ ਜੇ ਕੋਈ ਕਰਨ ਵਾਲਾ ਹੈ ਤਾਂ ਉਹ ਬਲਦੀਰ ਮੱਲਾ ਹੈ ਅੱਜ ਵੀ ਬਖਰਾ ਮਕਾਮ ਹੈ ਤੇ ਉਮਰ ਨੇ ਸਾਨੂੰ ਦੱਸਣੀ ਕੀ ਹੈ ਕਿਉਂਕਿ ਉਮਰਾਂ ਦਾ ਪੁੱਛ ਦੇਣਾ ਤਾਂ ਉਮਰ ਅੱਜ ਕੀ ਰੱਖਿਆ ਤੇ ਗੱਲ ਕਰਦੇ ਆ ਮਾਲਾ ਸਾਹਿਬ ਨਾਲ 700ਾਂ ਦੀ ਸਰਗਮ ਹੁੰਦੀ ਹੈ ਤੇ 7 ਅੱਖਰਾਂ ਦਾ ਨਾਮ ਬਲਦੀਰ ਮੱਲਾ ਮਾਲਾ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਥੈਂਕ ਯੂ ਬਹੁਤ ਮਿਹਰਬਾਨੀ ਸਿੱਧੂ ਸਾਹਿਬ ਤੁਸੀਂ ਚਰਨ ਪਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬੀ ਨਿਊਜ਼ ਆਨਲਾਈਨ ਦੇ ਜਿੰਨੇ ਵੀ ਮੇਰੇ ਦਰਸ਼ਕ ਨੇ ਮੇਰੇ ਵੱਲੋਂ ਸਾਰਿਆਂ ਨੂੰ ਤੇ ਮੇਰੇ ਗੀਤਾਂ ਵੱਲੋਂ ਬੋਲਾਂ ਵੱਲੋਂ ਮੇਰੇ ਸੰਗੀਤ ਵੱਲੋਂ ਕੋਟ-ਕੋਟ ਪ੍ਰਣਾਮ ਸਿੱਧ ਸਭ ਸਭ ਤੋਂ ਪਹਿਲਾਂ ਮੈਂ ਸਾਰੇ ਆਪਣੇ ਦਰਸ਼ਕਾਂ ਨਾਲ ਤੇ ਤੁਹਾਨੂੰ ਸਲਾਮ ਕਹਿਣੀ ਚਾਹਾਂਗਾ ਬਿਲਕੁਲ ਸਜਦੇ ਸਲਾਮ ਹੋਣੀ ਚਾਹੀਦੇ ਸਲਾਮ ਸਭ ਨੂੰ ਸਲਾਮ ਮੇਰੀ ਜਗ ਨੂੰ ਸਲਾਮ ਮੇਰੀ ਰੱਬ ਨੂੰ ਸਲਾਮ ਸੱਚੇ ਸਾਹਾਂ ਦੀ ਸਲਾਮ ਸੱਤ ਹੀ ਅਜੂਬੇ ਸੱਤ ਸੁਰਾਂ ਸੰਸਾਰ ਵਿੱਚ ਸੱਤ ਹੀ ਸਮੁੰਦਰਾਂ ਤੋਂ ਪਾਰ ਗੱਲ ਆਮ ਹੈ ਸੱਤਾਂ ਦਾ ਹੀ ਸੱਫਤਾ ਤੇ ਸਾਂ ਸੁਚੇ ਸੱਜਣਾ ਦੇ ਸੁਰਤ ਸ਼ਬਦ ਵਿੱਚ ਇਲਮ ਤਮਾਮ ਹੈ ਸੱਤ ਸਿੰਧੂ ਸੱਤ ਮਾਹਾਂ ਸੱਤ ਟਾਪੂ ਸੱਤ ਰੰਗ ਸੱਤ ਰੰਗੀ ਪੀਂਘ ਦੀ ਏ ਦੁਨੀਆ ਗੁਲਾਮ ਹੈ ਫਰੀਦ ਵਜੀਦ ਬਾਹੂ ਹਾਸ਼ਮ ਹੁਸੈਨ ਬੁੱਲਾ ਗੁਲਾਮ ਫਰੀਦ ਜੀ ਦਾ ਸੂਫੀ ਕਲਾਮ ਹੈ ਸੱਤ ਸੱਤ ਸਤਰਾਂ ਚ ਸਭੇ ਖੈਰਾਂ ਮਾਲੇ ਤੈਨੂੰ ਸਾਬਤ ਸਬੂਤਿਆਂ ਦੀ ਸੁਣੇ ਸੁਭਾ ਸ਼ਾਮ ਹੈ ਆਦ ਜੁਗਾਦ ਸੱਚ ਹੈ ਪੀ ਸੱਚ ਹੋਸੀ ਸੱਚ ਰੱਬ ਦੀ ਸੁਗਾਤ ਤੇਰਾ ਬਲ ਧੀਰ ਨਾਮ ਹੈ ਸਭ ਨੂੰ ਸਲਾਮ ਹੈ ਜੀ ਸਭ ਨੂੰ ਸਲਾਮ ਹੈ ਸਿੱਧੂ ਸਾਹਿਬ ਤੁਹਾਨੂੰ ਵੀ ਸਲਾਮ ਹੈ ਜੀ ਤੁਹਾਨੂੰ ਵੀ ਸਲਾਮ ਹੈ ਤੇ ਖੈਰ ਹੋਵੇ ਆਪਣੇ ਪਿਆਰਿਆਂ ਦੀ ਖੈਰ ਹੋਵੇ ਕਰੀ ਤੂੰ ਦੁਆ ਸਾਡੇ ਟਾਰਿਆਂ ਦੀ ਖੈਰ ਹੋਵੇ ਵਾਹ ਵਾਹ ਇੱਜ਼ਤ ਦੀ ਰੋਟੀ ਦੇ ਬੀਜਗ ਨੂੰ ਨਸੀਬ ਹੋਵੇ ਇੱਜ਼ਤ ਦੀ ਰੋਟੀ ਸਾਰੇ ਜੱਗ ਨੂੰ ਨਸੀਬ ਹੋਵੇ ਤੇ ਦੇਵੀ ਦਾਤਾ ਵੰਡਦੇ ਦੁਆਰਿਆਂ ਦੀ ਖੈਰ ਹੋਵੇ ਦੇਵੀ ਮਖਸੂਸਪੂਰੀ ਹਰਾਨੇ ਵੀ ਇਹੀ ਗੱਲ ਕੀਤੀ ਔਰ ਮੈਨੂੰ ਲੱਗਦਾ ਇਲਮ ਦੀਆਂ ਜਦੋਂ ਗੱਲਾਂ ਹੁੰਦੀਆਂ ਇਵਾਦਤ ਦੀਆਂ ਗੱਲਾਂ ਹੁੰਦੀਆਂ ਕਾਫੀ ਕੁਝ ਇਕੱਠਾ ਹੋ ਜਾਂਦਾ ਜੀ ਤੇ ਬਲਤੀਰ ਮਾਲੇ ਦੇ ਵਿੱਚ ਤਾਂ ਬੜਾ ਕੁਝ ਇਕੱਠਾ ਹੋਇਆ ਪਿਆ ਭਾਈ ਜੀ ਸਿੱਧੂ ਸਾਹਿਬ ਆਪਾਂ ਜਦੋਂ ਆਪਾਂ ਦਾਤੇ ਦੀ ਗੱਲ ਕੀਤੀ ਹੈ ਜੀ ਆਪਾਂ ਸਲਾਮ ਦੀ ਗੱਲ ਹੋਗੀ ਤੇ ਮੈਂ ਜਿਹੜਾ ਹੈ ਗੁਰਸਿੱਖੀ ਜਿਹੜਾ ਪਰਿਵਾਰ ਹੈ ਉਹਦੇ ਵਿੱਚ ਮੈਂ ਜਨਮ ਲਿਆ ਜੀ ਤੇ ਮੈਂ ਅਦਬ ਸਤਕਾਰ ਮੈਂ ਸਭ ਦਾ ਕਰਦਾ ਹਾਂ ਸਹੀ ਹਰ ਇੱਕ ਧਰਮ ਸਥਾਨ ਦਾ ਮੈਂ ਅਦਬ ਸਤਕਾਰ ਕਰਦਾ ਵੱਡੇ ਦਾ ਆਦਰ ਕਰਨਾ ਮੇਰੀ ਇਨਸਾਨੀਅਤ ਹੈ ਲੇਕਿਨ ਜਦੋਂ ਮੈਂ ਮੰਨਦਾ ਸੈਭ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਦਸਮ ਪਿਤਾ ਜੀ ਹੋਰ ਹਰ ਨਮਨ ਦੰ ਦਸਾਂ ਗੁਰੂਆਂ ਨੂੰ ਮੰਨਦਾ ਤੇ ਆਪਾਂ ਕਿਉਂ ਨਾ ਪਹਿਲਾਂ ਫਤਿਹ ਬੁਲਾਈਏ ਤੇ ਫਿਰ ਆਪਾਂ ਅੱਗੇ ਰਵਾਨਗੀ ਪਾਈਏ ਬਿਲਕੁਲ ਬਿਲਕੁਲ ਪਰ ਇਹ ਨਾ ਨਾ ਹੋ ਜੇ ਕਿ ਉਹ ਜਾਂਦੇ ਜਾਂਦੇ ਰੁੜ ਜਾਣੇ ਦੂਰੋਂ ਫਤਿਹ ਬੁਲਾਗੇ ਨੇ ਆਪਾਂ ਨੇੜੋਂ ਬੁਲਾਉਣੀ ਹੈ ਨੇੜੋਂ ਨੇੜੋਂ ਜੀ ਫਤੇ ਉਹਦੇ ਪੈਰ ਤਦੇ ਚੁੰਮਣੇ ਨੂੰ ਦੌੜ ਪਈ ਸੀ ਪੈਣ ਪੰਜੇ ਕੱਕੇ ਜਦੋਂ ਸੱਜਿਆ ਗੁਬਿੰਦ ਸਿੰਘ ਵਾਹ ਫਤੇ ਉਹਦੇ ਪੈਰ ਤਦੇ ਚੁੰਮਣੇ ਨੂੰ ਦੌੜ ਪਈ ਸੀ ਪੈਣ ਪੰਜੇ ਕੱਕੇ ਜਦੋਂ ਸੱਜਿਆ ਗੁਬਿੰਦ ਸਿੰਘ ਵੇਖ ਕੇ ਜਵਾਨ ਤੇ ਕਮਾਨ ਹੋਏ ਤੀਰ ਸਾਰੇ ਤੀਰਾਂ ਵਾਂਗੂ ਇੱਕ ਵਿੱਚ ਵੱਜਿਆ ਗੁਬਿੰਦ ਸਿੰਘ ਰੱਜੇ ਉਹਦੀ ਮਿਹਰ ਨਾਲ ਮੰਗਤੇ ਹਜ਼ਾਰ ਲੱਖਾਂ ਪਿਆਰ ਤੇ ਪ੍ਰੀਤ ਨਾਲ ਰਜਿਆ ਗਵਿੰਦ ਸਿੰਘ ਰਿਹਾ ਨਾ ਕੋਈ ਉਸ ਦੇ ਮੁਕਾਬਲੇ ਮੈਦਾਨ ਵਿੱਚ ਬੱਦਲਾਂ ਦੇ ਵਾਂਗ ਜਦੋਂ ਗੱਜਿਆ ਗਵਿੰਦ ਸਿੰਘ ਮੱਲੇ ਸਿੰਘ ਨਾਮ ਸ਼ੇਰ ਦਾ ਏ ਤਾਈਓ ਸਿੰਘ ਸ਼ੇਰਾ ਵਾਂਗ ਜੰਗ ਦੇ ਮੈਦਾਨ ਵਿੱਚ ਰੋਹ ਨਾਲ ਗੱਜੇ ਨੇ ਕਾਲੇ ਗੋਰੇ ਬੂਰੇ ਮੁਗਲਾਨੀ ਤੇ ਹੀਰਾਨੀ ਸਾਰੇ ਖਾਲਸੇ ਦੇ ਸਾਹਮਣੇ ਮੈਦਾਨ ਛੱਡ ਭੱਜੇ ਨੇ ਸਿੱਧੂ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇੱਕ ਅਲਫ਼ ਪੜੋ ਛਟਕਾਰਾ ਹੈ ਨਾ ਜਿੱਥੋਂ ਗੱਲ ਚੱਲਦੀ ਹੈ ਜੀ ਤੇ ਇਹ ਬੱਬੂ ਕੁੱਕੁਰਾ ਨਾ ਕਦੋਂ ਰੋਇਆ ਕੁੱਕੁਰਾ ਨਾ ਬਸ ਵੀ ਕਿਉਂਕਿ ਮੇਰਾ ਤਉ ਆਪਣੀ ਮਿੱਟੀ ਨਾਲ ਜਿਹੜਾ ਮਿੱਟੀ ਨਾਲ ਟੁੱਟੇ ਹੋ ਇਨਸਾਨ ਨਹੀਂ ਹੁੰਦਾ ਜੀ ਜੀ ਬਿਲਕੁਲ ਠੀਕ ਹੈ ਜੀ ਮਿੱਟੀ ਨਾਲੋਂ ਮਿੱਟੀ ਦਾ ਮੋਹ ਭੰਗ ਕਰ ਗਿਆ ਤੋ ਸਮਝ ਲਓ ਵੀ ਆਪਣੇ ਆਪ ਨਾਲ ਟੁੱਟ ਗਿਆ ਜਿਹੜਾ ਇਤਿਹਾਸ ਨਾਲ ਟੁੱਟ ਗਿਆ ਉਹ ਵੀ ਆਪਣੇ ਆਪ ਨਾਲ ਟੁੱਟ ਗਿਆ ਮੈਂ ਮੇਰੇ ਪੁਰਖਿਆਂ ਦਾ ਜਿਹੜਾ ਹੈ ਮੇਰਾ ਪਿੰਡ ਵੱਡਾ ਮਾਲਾ ਮਾਲਾ ਕਲਾ ਆਏ ਜੀ ਫਰੀਦਕੋਟ ਦੇ ਨੇੜੇ ਹੈ ਫਰੀਦਕੋਟ ਤੋਂ ਹਾਂਜੀ ਪੈ ਜਾਂਦਾ 27 ਕਿਲੋਮੀਟਰ ਪੈ ਜਾਂਦਾ ਜੀ ਇਹ ਮੁੱਦਕੀ ਦੇ ਨਾਲ ਹੈ ਜਿੱਥੇ ਸਿੱਖਾਂ ਦੀ ਪਹਿਲੀ ਜੰਗ ਹੋਈ ਸੀ ਐਸ ਵੀ ਜਿਹੜਾ ਹੈਗਾ ਮੋਗੇ ਜ਼ਿਲ੍ਹੇ ਦਾ ਆਖਰੀ ਪਿੰਡ ਆ ਜਾਂਦਾ ਹੈਗਾ ਜੀ ਤੇ ਉਹ ਮੇਰੇ ਪਿੰਡ ਦੇ ਸੂਬੇਦਾਰ ਜੁਕੇਂਦਰ ਸਿੰਘ ਜੀ ਪਰਮਵੀਰ ਚੱਕਰਵਜੇਤਾ ਜੀ ਉਹ ਵੀ ਹੋਏ ਨੇ ਇਹ ਮੈਨੂੰ ਗੁਰਤੇ ਦਿੱਤੀ ਸੀ ਬਾਬਾ ਦੇਵਾ ਸਿੰਘ ਜੀ ਮhalla ਸਾਡੇ ਕਾਮਰੇਡ ਹੋਏ ਹੈ ਜੀ ਉਹਨਾਂ ਨੇ ਮੈਨੂੰ ਬਚਪਨ ਦੇ ਵਿੱਚ ਜਣਦੀ ਗੁਰਤੇ ਦਿੱਤੀ ਸੀ ਕਿ ਵੀ ਤੂੰ ਇਦਾਂ ਦੇ ਗਾਉਣੇ ਹੈਗਾ ਉਹ ਕਾਮਰੇਡ ਸੀ ਜੀ ਤੇ ਕਾਮਰੇਡ ਡਿਮਾਈਂਡਡ ਹੋਣ ਕਰਕੇ ਉਹਨਾਂ ਨੇ ਮੈਨੂੰ ਮੈਂ ਪਹਿਲਾਂ ਗਾਇਕੀ ਜਿਹੜੀ ਉੱਥੋਂ ਸ਼ੁਰੂ ਹੋਈ ਜੀ ਤੇ ਉਹਨਾਂ ਨੇ ਮੈਨੂੰ ਵਿਰਸੇ ਲਈ ਸਿੱਧੂ ਸਰ ਸਮਝਾਇਆ ਤੇ ਫਿਰ ਉੱਥੋਂ ਹੀ ਇਹ ਚੀਜ਼ਾਂ ਨਿਕਲਦੀਆਂ ਨਿਕਲਦੀਆਂ ਇਹ ਕੁੱਕੂ ਰਾਣਾ ਫਿਰੋਦੋ ਤੋਪ ਜੀ ਜੀ ਕਿਉਂਕਿ ਬੁਸ਼ਕ ਚੀਜ਼ਾਂ ਐਵਰ ਗ੍ਰੀਨ ਹੋ ਜਾਂਦੀਆਂ ਹਾਂਜੀ ਸਰ ਮੈਂ ਤੁਹਾਨੂੰ ਬੇਨਤੀ ਲੱਗ ਰਹੀ ਸੀ ਕਰਨ ਕਿ ਮੇਰੇ ਉੱਤੇ ਮੈਨੂੰ ਜਿਹੜਾ ਸਮਝਾਇਆ ਗਿਆ ਕਿ ਆ ਜਿਹੜੇ ਚੱਕਲਾ ਧਰਲਾ ਇਹ ਹੋ ਗਿਆ ਉਹ ਹੋ ਗਿਆ ਇਹ ਗੀਤ ਬਹੁਤ ਆਉਂਦੇ ਸੀ ਜੀ ਔਰ ਆ ਵੀ ਰਿਹਾ ਹੈ ਜੀ ਜਿਹੜਾ ਐਕਚੁਅਲੀ ਸੀ ਜਿਹੜਾ ਬਾਲਪਨ ਹੈ ਬਾਲਮਨ ਹੈ ਬਾਲਮਨ ਦੀ ਗੱਲ ਨਹੀਂ ਸੀ ਹੋ ਰਹੀ ਬੱਚਿਆਂ ਦੀ ਗਾਇਕੀ ਨੂੰ ਕੋਈ ਤਰਜੀਹ ਨਹੀਂ ਸੀ ਦੇ ਰਿਹਾ ਤੇ ਮੈਂ ਉਸ ਕਰਕੇ ਫਿਰ ਉਹ ਕੁੱਕੂ ਨਾਲ ਇਹ ਇਹਹੀ ਕਬੱਡੀ ਸਮੱਸਿਆ ਅੱਜ ਵੀ ਹੈ ਅੱਜ ਵੀ ਬਹੁਤ ਸਾਰੇ ਲੋਕ ਕਹਿੰਣਗੇ ਸਾਡੇ ਬੱਚੇ ਕਿਉਂਕਿ ਸਕੂਲਾਂ 'ਚ ਪੜ੍ਹਦੇ ਆ ਹਨਾ ਕਿ 128 ਗੀਤ ਤੇ ਨੱਚਦੇ ਆ ਜਾਂ ਹੋਰ ਆ ਉਹਨਾਂ ਨੇ ਨੱਚਣਾ ਹੀ ਆ ਉਹਨਾਂ ਦੇ ਕੋਲੇ ਅੱਜ ਦੇ ਹੀ ਨਹੀਂ ਰਹੇ ਅਸੀਂ ਬੱਚਿਆਂ ਦਾ ਬਚਪਨ ਦਾ ਅਸੀਂ ਖੋ ਲਿਆ ਤੇ ਗੀਤ ਗੀਤ ਹੀ ਨਹੀਂ ਉਹਨਾਂ ਦੇ ਬੱਚਿਆਂ ਸਭ ਤੁਸੀਂ ਹੁਣ ਵੀ ਦੇਖੋ ਤੁਸੀਂ ਇੰਟਰਨੈਟ ਦੇ ਉੱਤੇ ਜਾ ਕੇ ਦੇਖੋ ਕਿ ਲੋਕ ਕਿੰਨਾ ਪਿਆਰ ਦੇ ਰਿਹਾ ਮੈਨੂੰ ਪਤਾ ਹੈ ਕਿ ਜਿਹੜੇ ਲੋਕ ਮੈਨੂੰ ਹੁਣ ਵੀ ਮਿਲਦੇ ਆ ਜੀ ਅੱਜ ਮੈਨੂੰ ਫੋਨ ਕਰਨਗੇ ਭਾਜੀ ਅੱਧੀ ਰਾਤ ਨੂੰ ਮੈਨੂੰ ਉਠਾ ਲੈਣਗੇ ਜਿਹੜੇ ਕੋਈ ਆਈਪੀਐਸ ਹੈ ਜਾਂ ਆਈਏਐਸ ਅਫੀਸ ਰਹਿ ਗਏ ਉਹ ਮਾਲਾ ਸਾਹਿਬ ਉਹ ਗਾਣਾ ਸੁਣਾਇਆ ਜਮਾੜੇ ਕੁੱਕੂ ਨਾ ਰੋਂਦਾ ਸਾਡਾ ਨਾ ਬੱਚਾ ਸੌਂਦਾ ਨਹੀਂ ਗਿਆ ਮੈਂ ਵੀ ਬਹੁਤ ਰਿਹੜੀਆਂ ਸੁਣਾ ਮੈਨੂੰ ਵੀ ਦਿਓ ਤੁਹਾਨੂੰ ਵੀ ਮੈਂ ਸਮਾਦਨਾ ਹੀ ਸੋ ਇਸ ਕਰਕੇ ਮੈਂ ਬੱਚਿਆਂ ਦੀ ਗਾਇਕੀ ਨੂੰ ਵੀ ਲਿਆ ਸੀ ਮੇਰਾ ਇੱਕ ਬਹੁਤ ਸੋਹਣਾ ਉਪਰਾਲਾ ਸੀ ਜਿਹੜਾ ਮੈਂ ਪ੍ਰਵਾਨ ਵੀ ਚੜਿਆ ਹੈ ਨਾ ਵੱਡੇ ਪੱਧਰ ਤੇ ਪ੍ਰਵਾਨ ਚੜਿਆ ਹੈ ਵੱਡੇ ਪੱਧਰ ਦੇ ਉੱਤੇ ਪ੍ਰਵਾਨ ਚੜ ਗਿਆ ਜੀ ਦੇਖੋ ਜਿਹੜੇ ਉਸ ਵੇਲੇ ਬੱਚੇ ਸੀ ਉਹਨਾਂ ਦੇ ਗਾਂ ਬੱਚੇ ਉਹ ਵੀ ਲਾਈਕ ਕਰ ਰਹੇ ਹੈ ਜੀ ਜਿਹੜੇ ਗਾਂ ਉਹਨਾਂ ਦੇ ਬੱਚੇ ਹੈ ਸਰ ਤੀਸਰੀ ਪੀੜੀ ਦੇ ਉਹ ਉਹ ਵੀ ਜਿਹੜੇ ਹੈਗੇ ਇਸ ਗੀਤ ਨੂੰ ਪਿਆਰ ਕਰਦੇ ਆਓ ਇਹ ਕਦੋਂ ਰਿਕਾਰਡ ਹੋਇਆ ਸੀ ਭਲਾ ਇਹ ਸਰ ਹੋਇਆ ਸੀਗਾ 89 ਦੇ ਵਿੱਚ ਆਇਆ ਸੀ ਫਿਰ ਤਾਂ ਸਾਲ ਜੋੜਨ ਲੱਗੇ ਬਾਬਾ ਲੰਮਾ ਜੋੜਾ ਕੱਪ ਚਲ ਆਹ ਹੁੰਦੇ ਹੋਗਾ ਮੈਂ ਤੁਹਾਨੂੰ ਪਹਿਲਾਂ ਆਪਾਂ ਪੰਜਾਬੀ ਨਿਊਜ਼ ਆਨਲਾਈਨ ਦੇ ਮੇਰੇ ਜਿੰਨੇ ਵੀ ਦਰਸ਼ਕ ਹੈ ਆਓ ਆਪਾਂ ਸਿੱਧੂ ਸੌਰਵ ਨਾਲ ਰਲ ਕੇ ਇਹ ਇੱਕ ਸਾਂਝ ਤਾਜਾ ਕਰਦੇ ਆ ਕੁੱਕੂ ਰਾਣਾ ਰੋਂਦਾ ਤੁਹਾਡਾ ਪਿਆਰ ਬਖਸ਼ਿਸ਼ ਹੁੰਦਾ ਰਹੇ ਮੇਰੇ ਲਈ ਬਖਸ਼ਿਸ਼ ਕਰਦੇ ਰਹੋ ਤੁਸੀਂ ਮੇਰਾ ਪਿਆਰ ਮੈਨੂੰ ਦਿੰਦੇ ਰਹੋ ਮੈਨੂੰ ਸਤਕਾਰ ਬਖਸ਼ਦੇ ਰਹੋ ਤਾਂ ਮੈਂ ਤੁਹਾਡੀ ਝੋਲੀ ਦੇ ਵਿੱਚ ਤੁਹਾਡੇ گاਾਂ ਬੱਚਿਆਂ ਲਈ ਤੁਹਾਡੇ ਪੁੱਤਰੇ ਪੁੱਤਰੀਆਂ ਲਈ ਦੋਤੇ ਦੋទੀਆਂ ਲਈ ਅਸੀਂ ਇਹ ਫੇਰ ਗਾਣਾ ਗਾਵਾਂਗੇ ਕਿਉਂਕਿ ਸਤਰੰਗ ਐਂਟਰਟੇਨਮੈਂਟ ਬਣੀ ਹੋਈ ਅਸੀਂ ਸਾਰੇ ਗੀਤ ਪੇਸ਼ ਕਰ ਰਹੇ ਹਾਂ ਤੇ ਆਉਸਿੰਦ ਸਾਹਿਬ ਕੁਕੂ ਰਾਣਾ ਰੂੰਦਾ ਹਈ ਮੈਂ ਮਰਗੀ ਰੂੰਦਾ ਕੁਕੂ ਰਾਣਾ ਰੂੰਦਾ ਹਈ ਮੈਂ ਮਰਗੀ ਰੂੰਦਾ ਅਰੇ ਨਾ ਰੋਦਨ ਆਵੇ ਮਾਂ ਦੇ ਆ ਮਾਲ ਖਜ਼ਾਨਿਆਂ ਵੇ ਮਾਂ ਦੀ ਓਦੀ ਗੋਦੀ ਵਿੱਚ ਪਿਓ ਦੀ ਫੜਿਓ ਬੋਦੀ ਵਿੱਚ ਮੇਰਾ ਕੁੱਕੂ ਰਾਣਾ ਰੋਂਦਾ ਹੈ ਮੈਂ ਮਰ ਗੀਰੋਂਦਾ ਕੁੱਕੂ ਰਾਣਾ ਰੋਂਦਾ ਹੋ ਹੋ ਹੂੰ ਸੋਝਾ ਕੱਕਾ ਤੇਰੇ ਬੁੱਦੇ ਲੜਗੀ ਜੂ ਕੱਢਣ ਵਾਲੀਆਂ ਮਾਸੀਆਂ ਕਢਾਉਣ ਵਾਲਾ ਤੂੰ ਨੀ ਮੇਰਾ ਕੁੱਪੂ ਰਾਣਾ ਰੋਂਦਾ ਹੈ ਮੈਂ ਮਰਗੀ ਰੋਂਦਾ ਕੁੱਪੂ ਰਾਣਾ ਰੋਂਦਾ ਮੈਨੂੰ ਚੁੱਕ ਲੈ ਮਾਸੀਣੀ ਮੈਨੂੰ ਚੁੱਕ ਲੈ ਮਾਸੀ ਨਹੀਂ ਤੈਨੂੰ ਖੜਨ ਮਰਸੀ ਨਹੀਂ ਮੈਨੂੰ ਚੁੱਕ ਲੈ ਮਾਸੀ ਨਹੀਂ ਤੈਨੂੰ ਖੜਨ ਮਰਸੀ ਨਹੀਂ ਜਾਬ ਜਾ ਚੁੱਕੇ ਨਾ ਮੇਰੀ ਬਲਾਤ ਕਰ ਕਰ ਮਸ਼ਕਰੀਆਂ ਰਹੀਆਂ ਗਾਣੀ ਮੇਰਾ ਕੁੱਕੂ ਰਾਣਾ ਰੁੰਦਾ ਹਾਈ ਮੈਂ ਮਰਗੀ ਰੁੰਦਾ ਕੁੱਕੂ ਰਾਣਾ ਦਾ ਬਿਉਣ ਜੋਗਾ ਹੋ ਗਿਆ ਹੋਣਾ ਤੇ ਤੁਸੀਂ ਆਪਦੀ ਜਵਾਨੀ ਨੂੰ ਕਿਵੇਂ ਸੰਭਾਲ ਕੇ ਰੱਖਿਆ ਹੋਇਆ ਸੁਰ ਵੀ ਸੁਰ ਵੀ ਓਵੇਂ ਪੱਕੇ ਨੇ ਸਤਿ ਸ੍ਰੀ ਅਕਾਲ ਤੁਸੀਂ ਬਹੁਤ ਵੱਡੀ ਗੱਲ ਕਹਿਤੀ ਆ ਇੱਕ ਚੀਜ਼ ਮੈਂ ਕਹੂੰਗਾ ਕਿ ਗਾਇਕ ਜਿਹੜਾ ਹੈਗਾ ਗਾਇਕ ਇੱਕ ਸਾਧਨਾ ਹੈ ਬਿਲਕੁਲ ਇਹ ਸਾਧਨਾ ਬਿਨਾ ਨਹੀਂ ਸਾਧ ਦੇ ਦਿੰਦਾ ਜਦੋਂ ਇਹ ਸਾਧਨਾ ਆਪਾਂ ਸਾਧਾਂਗੇ ਤੇ ਸਾਧ ਦਾ ਸਾਧਦਾ ਹੋਇਆ ਬੰਦਾ ਵੀ ਆਪਣੇ ਆਪ ਨੂੰ ਸਾਧਪਨ ਦੇ ਵਿੱਚ ਲੈ ਜਾਂਦਾ ਸਹੀ ਮੈਂ ਸਾਰੇ ਗਾਇਕਾਂ ਦੀ ਨਹੀਂ ਗੱਲ ਕਰਦਾ ਮੈਂ ਆਪਣੀ ਗੱਲ ਕਰਦਾ ਕਿ ਮੇਰਾ ਜਿਉਣ ਦਾ ਤਰੀਕਾ ਕੀ ਰਿਹਾ ਜਾਂ ਕਿਸ ਤਰ੍ਹਾਂ ਨਹੀਂ ਮੈਨੂੰ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ ਬਿਲਕੁਲ ਤੇ ਸੰਸਾਰ ਦੇ ਉੱਤੇ ਜਿਹੜਾ ਆਪਣਾ ਆ ਆ ਚੀਜ਼ ਰੱਖਣੀ ਆ ਮੈਂ ਬਹੁਤ ਵੱਡੀ ਗੱਲ ਕਰ ਰਿਹਾ ਮੇਰਾ ਇਸ਼ਾਰਾ ਸਮਝੋ ਕਿਉਂਕਿ ਸਾਡੇ ਅਸੀਂ ਗਵਨ ਵਾਲੇ ਸਮਝਦੇ ਨਹੀਂ ਹੂੰ ਅਸੀਂ ਜਦੋਂ ਜਵਾਨੀ ਦੇ ਵਿੱਚ ਆਉਂਨੇ ਆ ਤਾਂ ਜਦੋਂ ਚੜ੍ਹਦੀ ਅਵਸਥਾ ਦੇ ਵਿੱਚ ਆਉਨੇ ਜਾਂ ਜਦੋਂ ਲੋਕਪਿਆਰੇ ਦੇ ਵਿੱਚ ਅਸੀਂ ਸਥਾਪਿਤ ਗਾਇਕ ਹੋ ਜਾਂਦੇ ਆ ਤਾਂ ਉਸ ਵੇਲੇ ਇਹ ਜਿਹੜੀ ਹੈਗੀ ਸ਼ੋਹਰਤ ਦੇ ਨਾਲ ਨਾਲ ਸਾਡੇ ਬਦਨਾਮੀ ਦੇ ਜਿਹੜੇ ਹੈਗੇ ਕਾਰਨ ਵੀ ਉਹਨੇ ਬਰੋਬਰ ਦੇ ਉੱਤੇ ਉੱਤੇ ਆ ਸਹੀ ਤੇ ਉਹਨਾਂ ਕਾਰਨਾਂ ਤੋਂ ਬਚਣ ਲਈ ਬੰਦੇ ਨੂੰ ਆਪਣੇ ਆਪ ਨੂੰ ਬਹੁਤ ਸਾਧਨਾ ਕਰਨੀ ਪਊਗੀ ਉਹਨੂੰ ਬਹੁਤ ਸੰਭਲ ਕੇ ਰਹਿਣਾ ਪਊਗਾ ਤਦੀ ਬਲਤੀਰ ਵਾਂਗ ਤੁਸੀਂ ਜਵਾਨ ਦਸੋਗੇ ਜੀ ਇਹ ਬਹੁਤ ਵੱਡੀ ਗੱਲ ਹੈ ਸਾਨੂੰ ਸਾਰੀ ਤੇਰੀ ਗੱਲ ਦਾ ਕੋਈ ਗੁੱਸਾ ਨਾ ਕਰੇ ਲੇਕਿਨ ਜੇ ਕੋਈ ਗੁੱਸਾ ਵੀ ਕਰੋ ਤਾਂ ਮੈਂ ਕਰੀ ਜਾਵੇ ਕਿਸਨੇ ਗਿੱਟੇ ਲੱਗੇ ਕਿਸਦੇ ਗੋਟੇ ਲੱਗੇ ਕਿਉਂਕਿ ਮੈਂ ਬਹੁਤ ਮੇਰੇ ਕਲਾਕਾਰ ਜਿਹੜੇ ਐ ਵੀਰ ਮੈਂ ਉਹਨਾਂ ਨੂੰ ਰੋੜਦੇ ਵੇਖਿਆ ਇਹਨਾਂ ਚ ਬਿਲਕੁਲ ਬਿਲਕੁਲ ਮੇਰੀ ਇੱਕ ਲਾਈਨ ਹੈ ਮੇਰੇ ਨਾਲ ਕੋਈ ਆਰਟਿਸਟ ਹੋ ਤਾ ਮੇਰੀ ਇਕ ਲਾਈਨ ਹੈ ਮੇਰੇ ਪਰਿਵਾਰ ਦੀ ਆ ਹੱਦ ਹੈ ਮੈਂ ਇਸ ਹੱਦ ਤੋਂ ਅੱਗੇ ਨਹੀਂ ਵੱਧ ਸਕਦਾ ਮੈਂ ਸਿਰਫ ਸਿਰਫ ਸੀਮਤਾ ਮੈਂ ਗਾਇਕੀ ਤੱਕ ਸੀਮਤਾ ਜਿਹੜਾ ਮੇਰਾ ਬਾਕੀ ਸਾਰਾ ਕੁਝ ਹੋ ਮੇਰੇ ਪਰਿਵਾਰ ਦਾ ਮੇਰੇ ਬੱਚਿਆਂ ਦਾ ਮੇਰੀ ਮਿਸਜ ਦਾ ਮੇਰੀ ਔਰਤ ਮੇਰੀ ਔਰਤ ਹੈ ਗਾਇਕ ਗਾਇਕ ਜਿਹੜਾ ਹੈ ਉਹ ਗਾਇਕ ਹੀ ਰਹੇ ਤੋ ਉਥੋਂ ਤੱਕ ਠੀਕ ਹੈ ਕਲਾਕਾਰ ਨੂੰ ਗਾਇਕੀ ਰੱਖੇ ਤਾਂ ਹੀ ਸਭ ਬਚਿਆ ਜਾ ਸਕਦਾ ਹੈ ਜੀ ਜੀ ਇਹ ਜ਼ਿੰਦਗੀ ਦੀਆਂ ਆਪਣੇ ਆਪਣੇ ਤਲਖ ਤਜਰਬੇ ਹੈ ਜੀ ਸਭ ਤੋਂ ਵੱਡਾ ਜਿਹੜਾ ਉਸਤਾਦ ਆ ਤੁਹਾਡਾ ਤਜਰਬਾ ਹੁੰਦਾ ਹੈ ਮੇਰਾ ਤਜਰਬਾ ਸਵਾ ਸਿਖਾ ਦਿੰਦਾ ਹੈ ਤੇ ਮਲਾ ਸਾਬ ਇੱਕ ਹੋਰ ਤੁਹਾਡਾ ਗੀਤ ਸੀ ਬਸ ਤਾਂ ਬਹੁਤ ਸਾਰੇ ਗੀਤ ਆ ਜਿਹੜੇ ਉਹ ਹਿੱਟ ਰਹੇ ਤੇ ਉਹ ਗੀਤ ਸੀਗਾ ਮਾਂ ਦਾ ਸੁਰਜਣਾ ਜੀ ਇਹ 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 ਵੀ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਵੀ ਸਾਡੇ ਹੁਣ ਸਰੋਤੇ ਦੇਖਦੇ ਹੋਣਗੇ ਜਿਨੇ ਵਿਆਹ ਦੀ ਮੂਵੀ ਬਣਾਈ ਹੋ ਤੇ ਉਹ ਮੂਵੀ ਦੇ ਵਿੱਚ ਉਹ ਗੀਤ ਖਾਸ ਕਰਕੇ ਸ਼ਗਨ ਦੇ ਵੇਲੇ ਫਿੱਟ ਕੀਤਾ ਹੁੰਦਾ ਸੀ ਹਾਂਜੀ ਸਰ ਇਹ ਇਹ ਬਿਲਕੁਲ ਸੱਚ ਹੈ ਜੀ ਔਰ ਉਹ ਗੀਤ ਤੁਸੀਂ ਦੇਖੋ ਵੀ ਜਦੋਂ ਅਸੀਂ ਚਾਹੇ ਮੈਂ ਪੰਜਾਬ ਯੂਨੀਵਰਸਿਟੀ ਤੇ ਜਾਂ ਹੋਰ ਕਿਸੇ ਯੂਨੀਵਰਸਿਟੀ ਦੇ ਜਿਹੜੇ ਹੈਗੇ ਜੀ ਜੱਜਮੈਂਟ ਦੇ ਉੱਤੇ ਬੁਲਾਇਆ ਜਾਂਦਾ ਚਲੋ ਬਤੌਰੇ ਨਿਰਣਾਇਕ ਸਤਕਾਰ ਦਿੱਤਾ ਜਾਂਦਾ ਜੀ ਮੈਂ ਜਦੋਂ ਜਾਂਨਾ ਤੇ ਉੱਥੇ ਜਿਹੜੇ ਬੱਚੇ ਆ ਉਹ ਲੋਕ ਗੀਤ ਕਹਿ ਕੇ ਗਾਉਂਦੇ ਆ ਤੇ ਸਾਡੇ ਫਿਰ ਜਿਹੜੇ ਹੈਗੇ ਹੈਡ ਹੁੰਦੇ ਹੈਗੇ ਜਾਂ ਇਨਚਾਰਜ ਸਹਿਬਾਨ ਹੁੰਦੇ ਆ ਉਹ ਫਿਰ ਦੱਸਣਗੇ ਉਹ ਜਿਹੜੇ ਸਾਡੇ ਲੈਕਚਰਰ ਸਹਬਾਨ ਹੁੰਦੇ ਆ ਉਸਤਾਦ ਲੋਕ ਹੁੰਦੇ ਆ ਉਹਨਾਂ ਨੂੰ ਵੀ ਕਹਿ ਦਿੰਦੇ ਆ ਕਿ ਤੁਹਾਨੂੰ ਪਤਾ ਵੀ ਉਹ ਬੰਦਾ ਅੱਗੇ ਬੈਠਾ ਵੀ ਜੀਨੇ ਇਹ ਲਿਖਿਆ ਸੀ ਤੇ ਜੀਨੇ ਇਹ ਗਾਇਆ ਸੀ ਸੋ ਇਹ ਜਨ ਦੀ ਪ੍ਰਵਾਨਿਤ ਹੋ ਗਏ ਜਿਹੜੇ ਜਉਂਦੇ ਜੀ ਤੁਹਾਡੇ ਲੋਕ ਗੀਤ ਬਣ ਜਾਣ ਮੈਂ ਕਹਿੰਦਾ ਵੀ ਇਸ ਤੋਂ ਵੱਡੀ ਸੰਤੁਸ਼ਟੀ ਵਾਲੀ ਕੋਈ ਗੱਲ ਹੀ ਨਹੀਂ ਸਰ ਸਹੀ ਇਹ ਸਭ ਤੋਂ ਵੱਡੀ ਸੰਤੁਸ਼ਟੀ ਹੈ ਕਿਉਂਕਿ ਇੱਕ ਕਲਾਕਾਰ ਨੂੰ ਜੀਣ ਵਾਸਤੇ ਉਮਰਾ ਚਾਹੀਦੀ ਹੈ ਇਹ ਕੋ ਨੂੰ ਅਮਰ ਕਰਨ ਵਾਸਤੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੇ ਆ ਉਹ ਚੀਜ਼ਾਂ ਆਪਾਂ ਨੂੰ ਪ੍ਰਾਪਤ ਹੋਈਆਂ ਤੇ ਉਹਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਵੀ ਉਹ ਜਿਹੜੇ ਵਿਆਹ ਦੀਆਂ ਸ਼ਾਦੀਆਂ ਦੀਆਂ ਜਿਹੜੀਆਂ ਹੈਗੀਆਂ ਕੋਹਲਆਂ ਸੁਹਾਗਾਏ ਜਾਂਦੇ ਸਰ ਜਦੋਂ ਜਣਦੀ ਉਹ ਰਸਮ ਆਉਂਦੀ ਹੈ ਤਾਂ ਉਹ ਗੀਤ لازਮੀ ਉਥੇ ਫਿੱਟ ਹੁੰਦਾ ਹੈ ਅੱਜ ਕੱਲ ਤਾਂ ਲੋਕ ਤੁਸੀਂ ਦੇਖ ਰਹੇ ਹੋ ਜੀ ਵੀ ਜਿਹੜੇ ਆ ਵਿਊਅਰ ਵਧਾ ਰਹੇ ਹੈਗੇ ਵੀ ਕਿੰਨੇ ਕੋਈ ਪੈਸੇ ਦੇ ਕੇ ਵਧਾਈ ਜਾਂਦਾ ਮੈਂ ਕਹਿੰਨਾ ਵੀ ਜੇ ਮੈਨੂੰ 50000 ਦਰਸ਼ਕ ਮਿਲ ਗਏ 5 ਸਰੋਤੇ ਵੀ ਮਿਲ ਗਏ ਤਾਂ ਮੇਰਾ 5 ਲੱਖ ਹੈ ਮੈ ਮੈਨੂੰ ਕਿਉਂਕਿ ਅਸੀਂ ਇਹਨਾਂ ਲੋਕਾਂ ਤੋਂ ਅਗਲੀ ਗੱਲ ਕਰ ਰਹੇ ਹੈਗੇ ਆ ਅਸੀਂ ਇਹਨਾਂ ਸੋਚਾਂ ਤੋਂ ਉੱਚੇ ਉੱਠ ਚੁੱਕੇ ਆ ਸਾਡੀ ਸੋਚ ਬ੍ਰਸ਼ਤੀ ਹੈ ਜਿਹੜੀ ਗਾਇਕੀ ਅਸੀਂ ਆਪਣੀ ਰੂਹ ਲਈ गा ਰਹੇ ਹੈਗੇ ਆ ਸੋ ਉਹਦੇ ਵਿੱਚ ਸੀਗਾ ਸਿੰਦਸਾ ਕੇ ਪੇੜੇ 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 ਗਿਣਵੇਂ ਦਿਨਾਂ ਤੇ ਵਿਆਹ ਧਰ ਦਿੰਦੇ ਦਿਨ ਆ ਜਾਂਦੇ ਨੇੜੇ ਗੰਢਾਂ ਦੇਣ ਨੂੰ ਘਲਤਾ ਲੱਗੀ ਆ ਗਿਆ ਮੇਲ ਸਵੇਰੇ ਬੰਬੀਹਾ ਬਲਾਉਂਦਾ ਆ ਗਿਆ ਨਾਨਕਾ ਬਹਿ ਗਿਆ ਆਣ ਕੇ ਡੇਰੇ ਘਟਵੇਂ ਪਜਾਮੇ ਚਾੜੇ ਕਈਆਂ ਦੇ ਦਿੰਦੀਆਂ ਲੌਂਗ ਨੂੰ ਜਿਹੜੇ ਵਟਨਾ ਕਟੋਰੇ ਦਾ ਫਿਰ ਮਲਦੇ ਗੱਬਰੂਆ ਤੇਰੇ ਦੱਬ ਕੇ ਮਲ ਵਟਨਾ ਤੈਨੂੰ ਚੜੂਗਾ ਰੂਪ ਉਹਦੇਰੇ ਸੁਖੀ ਵਸੇਬ ਤੇਰੀ ਨਗਰੀ ਬਾਬਲਾ ਇਹੋ ਗੀਤ ਸੰਛੇੜੇ ਸੂਹੀ ਜੀ ਫੁਲਕਾਰੀ ਲੈ ਕੇ ਕੁੜੀਆਂ ਘਤਲੇ ਘੇਰੇ ਲੈਵੇ ਦਿਉਰਾ ਸੁਰ ਮਾ ਪਾਲਾ ਸ਼ੀਸ਼ਾ ਕੋਲ ਨਹੀਂ ਮੇਰੇ 5 ਰੁਪਏ ਭੈਣ ਨੂੰ ਦੇ ਦੀ 5 ਟੇਕ ਦੀ ਡੇਰੇ ਗੁੜ ਦੀ ਰੋੜੀ ਮੂਹਲਾ ਮੱਲਿਆ ਲੈ ਲਾ ਜੰਡੀ ਨਾਲ ਫੇਰੇ ਤੈਨੂੰ ਰੂਪ ਚੜੇ ਬਨ ਸ਼ਗਨਾ ਦੇ ਸੇਰੇ ਤੈਨੂੰ ਰੂਪ ਚੜੇ ਸੋ ਇਹ ਸੀ ਚੀਜ਼ ਮੈਂ ਤੁਹਾਨੂੰ ਉਹ ਮੁਖੜਾ ਸੁਣਾਉਣਾ ਸਰ ਕੋੜੀ ਤੇਰੀ ਓ ਮੱਲਾ ਸੂਣੀ ਕੋੜੀ ਤੇਰੀ ਓ ਮੱਲਾ ਸੂਣੀ ਸੂਣੀ ਇਸ ਅਜਿਹੀ ਕਠੀ ਨਾਲ ਫੱਬਦਾ ਕਾਠੀ ਤੇ ਸਰਦਾਰ ਮੈਂ ਬਲੇ ਹਾਰੀ ਬੇਮਾਨ ਦੇ ਅਸਰ ਜੈਣਾ ਸੁਰਜਣਾ ਵਿੱਚ ਬਾਗਾਂ ਦੇ ਤੁਸੀਂ ਜਾਓ ਚੋਟ ਨਗਾਰੇ ਆਤੇ ਲਾਓ ਖਾਣਾ ਰਾਜਿਆਂ ਦਾ ਖਾਓ ਧੀ ਸਰਦਾਰਾਂ ਦੀ ਵਿਆਹ ਲਿਆਓ ਸ਼ੈਲ ਨਵਾਬਾਂ ਦੇ ਕਰ ਟੁੱਕਣਾ ਟੁਕੜਾ ਯੂਮਰਾਵਦੀ ਤੇਰੀ ਚਾਦ ਵਿੱਚ ਸਰਦਾਰਾਂ ਦੇ ਤੇਰਾ ਬੈਠਣਾ 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 ਕਿਆ ਬਾ ਮੇਰੇ ਨਾਲ ਜਦੋਂ ਇਹ ਸਾਰਾ ਕੁਝ ਆ ਦੇਖਦਾ ਉਹ ਲਫਾਫਿਆਂ ਦੇ ਵਿੱਚ ਤਾਸੇ ਪਾਏ ਹੁੰਦੇ ਤੇ ਟੋਕਰੇ ਭਰ ਕੇ ਬਾਹਰ ਰੱਖਦੇ ਉਹ ਸੀਨ ਸਾਹਮਣੇ ਆਖਿਆ ਹੈ ਨਾ ਵੀ ਮੰਗਣੇ ਦੇ ਵੇਲੇ ਤਕਰੀਬਨ ਇਹ ਗੀਤ ਫਿਰ ਦਿੱਤੇ ਜਾਂਦੇ ਸੀ ਜੀ ਤੇ ਮੁੜ ਕੇ ਫਿਰ ਲੱਗ ਹੀ ਨੇ ਤੇ ਕਈ ਜਿਹੜੇ ਪ੍ਰਾਣੇ ਹੁੰਦੇ ਮੇਰੇ ਅਰਗੇ ਨੂੰ ਦਿੰਦੇ ਵੀ ਨਹੀਂ ਹੁੰਦੇ ਸੀ ਕਿ ਕੋਈ ਲੰਘ ਦੇਣਾ ਚਲ ਜਵਾਗ ਦਾ ਯਾਰ ਵੀ ਇਹ ਤਾਂ ਨਾਲ ਇੱਕ ਦੋ ਨੂੰ ਹੋਰ ਵੀ ਗੱਲ ਦੱਸਦું ਜਦੋਂ ਆਪਣੇ ਨਿਯਮਦਾ ਪਾਉਂਦੇ ਹੁੰਦੇ ਸੀ ਨਾ ਜੀ ਤੇ ਉਹ ਉਦੋਂ ਸੁਖ ਨਾਲ ਜਿਹੜੇ ਸਮੇ ਬੜੇ ਵਧੀਆ ਸੀਗੇ ਜੀ ਬੜੀ ਲੋਕਾਂ ਦੇ ਵਿੱਚ ਸੀ ਆਪਣਾ ਆਪਣਾ ਤਸੀਹ ਜੀ ਤੇ ਉਹ ਹੁੰਦਾ ਸੀਗਾ ਜੀ ਤੇ ਕਿਸੇ ਦਾ ਕੋਈ ਕੋਈ ਫੁੱਫੜ ਹੋਣਾ ਜਾਂ ਪ੍ਰਾਣਾ ਹੋਣਾ ਜਵਾਈ ਭਾਈ ਹੋਣਾ ਤੇ ਉਹਨੇ ਜਣਦੀ ਆਪ ਦਾ ਪਹਿਲਾਂ ਖਰਚ ਕਰ ਲੈਣਾ ਮਾੜਾ ਮੋਟਾ ਕਰਕੇ ਖਰਚ ਤੇ ਮੁੜ ਕੇ ਹੋੜੀ ਨੇ ਰੋੜੀ ਸੱਟਦ ਨਹੀਂ ਹੈ ਜਦੋਂ ਮੁੰਡੇ ਨੂੰ આરોਪ ਨਾ ਹੁੰਦੀ ਸੀ ਤੇ ਉਹ ਅਗਲਗਾ ਉਹ ਕਿਹੜਾ ਓਏ ਜਿਹਨੇ ਰੋੜੀ ਮਾਰੀ ਆ ਲੈ ਤੁਸੀਂ ਜੇ ਕਿਹੜਾ ਤਾਂ ਕਿਹੜਾ ਸੀ ਮੈਂ ਚੱਲਿਆ ਮੈਂ ਨਹੀਂ ਰੁਸ ਕੇ ਰੁਸ ਕੇ ਉਹ ਜਿਹੜੀਆਂ ਗੱਲਾਂ ਸੀ ਨਾ ਜਣਦੀ ਉਹ ਉਹ ਦੇਖੋ ਕਿੰਨਾ ਸੰਡਾ ਵਿਰਸਾ ਸੀ ਸਹੀ ਸਹੀ ਤੇ ਲਫਾਫੇ ਦੇ ਵਿੱਚ ਪਤਾਸੇ ਟੋਕਰੇ ਜਿਹਦੇ ਵਿੱਚ ਰੱਖੇ ਹੋਣੇ ਲਾਇਆ ਭਾਈ ਲਾਇਆ ਭਾਈ ਤੇ ਮੇਰੇ ਵਰਗਾਂ ਨੇ ਇੱਕ ਛਿੱਤਰੀ ਖਾ ਲੈਨੇ ਪਤਾਸਿਆਂ ਦੇ ਵਿੱਚ ਜਣਦੀ ਉਹ ਇੱਕ ਕਿੰਨਾ ਸਵਾਹ ਨਾ ਸਮਾਸੀ ਇਹ ਤੇ ਸਭ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਡੇ ਵਿਰਸੇ ਦੇ ਵਿੱਚੋਂ ਨਿਕਲਦੀਆਂ ਜਾ ਰਹੀਆਂ ਹੁਣ ਤਾਂ ਜਿਵੇਂ ਤੁਸੀਂ ਗੱਲ ਕੀਤੀ ਸੀ ਉਹ 2020 ਵਾਲੀ ਜੀ ਕੋਣੀ ਕੀ 28 ਕੇ ਕੋਣੀ ਕੀ ਹੁਣ ਤੱਕ ਗਾਇਕੀ ਉਧਰ ਨੂੰ ਪੈ ਗਈ ਜੀ ਜਾਂ ਫਿਰ ਗਾਇਕੀ ਸਾਡੀ ਕੁਰਾਹੇ ਪੈ ਗਈ ਸਰ ਆ ਬੰਦੂਕਾਂ ਚੋਂ ਉਕਲੀਆਂ ਇੰਡਸੇ ਚੁੱਕ ਲਈ ਜਿਹੜੇ ਹੈਗੇ ਆ ਹੁਣ ਗੈਂਗਵਾਰ ਜਿਹੜੀਆਂ ਚੀਜ਼ਾਂ ਹੋਈ ਜਾ ਰਹੀਆਂ ਨਵੀਂ ਜਨਰੇਸ਼ਨ ਦੇ ਉੱਤੇ ਇੱਕ ਇੱਕ ਸਾਡੇ ਕਈ ਕਲਾਕਾਰ ਕਹਿ ਦਿੰਦੇ ਹੈਗੇ ਕਿ ਗਾਉਣ ਦਾ ਅਸਰ ਨਹੀਂ ਪੈਂਦਾ ਥੋਪਿਆ ਜਾ ਰਿਹਾ ਜੀ ਇਹ ਥੋਪਿਆ ਜਾ ਰਿਹਾ ਜੇ ਫਿਰ ਜੇ ਨਹੀਂ ਅਸਰ ਪੈਂਦਾ ਤਾਂ ਗੁਰੂ ਸਾਹਿਬ ਜੀ ਨੂੰ ਬੰਵੰਜਾ ਸ਼ਹਿਰ ਰੱਖਣ ਦੀ ਕੀ ਲੋੜ ਪਈ ਸੀ ਉਹ ਵੀਰ ਬਿਲਕੁਲ ਹੁੰਦੇ ਸੀ ਉਹਨਾਂ ਦੇ ਵਿੱਚ ਸਪਿਰਟ ਪੈਦਾ ਕਰਦੇ ਸੀ ਤੇ ਤਾਂ ਤਾਂ ਕਿ ਉਹ ਜਣ ਦੀ ਜਣ ਦੀ ਗੱਲ ਨਾ ਰਵੇ ਹੁਣ ਜਣ ਦੀ ਅਸਪੇਟ ਵਾਲੀ ਗੱਲ ਤੋਂ ਗੱਲ ਆ ਗਈ ਸਰ ਜਿਵੇਂ ਹੁਣ ਹਿੰਦੁਸਤਾਨ ਦੇ ਵਿੱਚ 1857 ਦੇ ਵਿੱਚ ਜਿਹੜੀ ਐ ਸਪਾਈਆਂ ਦੀ ਜਿਹੜੀ ਹੈਗੀ ਐ ਲਹਿਰ ਉੱਠੀ ਸੀ ਬਿਲਕੁਲ ਠੀਕ ਹੈ ਬਿਲਕੁਲ ਉਸ ਤੋਂ ਬਾਅਦ ਲਹਿਰਾਂ ਪੈਦਾ ਹੁੰਦੀਆਂ ਕੋਕਾ ਲਹਿਰ ਪੈਦਾ ਹੋਗੀ ਗਦਰੀ ਬਾਬਿਆਂ ਦੀ ਲਹਿਰ ਪੈਦਾ ਹੋਗੀ ਗੁਰਦੁਆਰਾ ਗੁਰਦੁਆਰਾ ਸਿਦਾਰ ਲਹਿਰਾਂ ਆਉਂਦੀਆਂ ਗਈਆਂ ਠੀਕ ਹੈ ਸਰ ਉਸ ਤੋਂ ਬਾਅਦ ਜਿਹੜੇ ਹੈਗੇ ਆ ਤੁਸੀਂ ਬੁੰਗਿਆਂ ਦੀ ਗੱਲ ਚੱਲੀ ਜਿਹੜਾ ਮੈਂ ਕਹਿੰਨਾ ਵੀ ਘਾਉਣ ਵਾਲੇ ਸਾਡੇ ਅਸੀਂ ਇਧਰ ਨੂੰ ਚਾਹਤਾ ਮਾਰ ਗਏ ਸਾਡਾ ਵਿਰਸਾ ਕਿੱਡਾ ਵੱਡਾ ਹੈ ਅਸੀਂ ਕਿਉਂ ਨਹੀਂ ਉਹ ਪ੍ਰੋਸਕ ਦੇ ਦਿੰਦੇ ਜੋ ਅਸੀਂ ਬੱਚਿਆਂ ਨੂੰ ਪ੍ਰੋਸਕ ਦੇਈ ਜਾ ਰਹੇ ਹਾਂ ਉਹ ਹੀ ਬੱਚੇ ਕਰ ਰਹੇ ਆ ਆਏ ਦਿਨ ਕਤਲ ਹੋ ਰਹੇ ਆ ਆਏ ਦਿਨ ਡਾਕੇ ਪੈ ਰਹੇ ਆ ਸ਼ਹਿਰ-ਸ਼ਹਿਰ ਦੇ ਵਿੱਚ ਕਤਲ ਹੋ ਰਿਹਾ ਹੈ ਸ਼ਹਿਰ-ਸ਼ਹਿਰ ਦੇ ਵਿੱਚ ਕੋਈ ਤੁਸੀਂ ਤਾਂ ਆਪਣੀ ਧੀ ਭੈਣ ਨੂੰ ਜਾਂ ਆਪਣੇ ਕੋਲ ਦੇ ਬੰਦੇ ਨੂੰ ਭੇਜ ਨਹੀਂ ਸਕਦੇ ਆ ਕੋਈ ਨਹੀਂ ਅੱਛਾ ਫਿਰ ਉਸ ਅੱਪ ਗੱਲ ਚੱਲ ਰਹੀ ਸੀ ਉਸ ਜਣ ਦੀ ਵੀ ਜਿਹੜੀ ਹੈਗੀ ਆ ਸਪਿਰਟ ਵਾਲੀ ਗੱਲ ਹੂੰ ਹੁਣ 1800 ਸੌਰੀ 1907 ਦੇ ਵਿੱਚ ਲਹਿਰ ਜਿਹੜੀ ਹੈਗੀ ਭਗੜੀ ਸਮਾਲ ਜੱਟਾ ਕਿੱਡੀਆਂ ਵੱਡੀਆਂ ਮੂਵਮੈਂਟਸ ਨੇ ਹਮ ਹਮ ਕਦੇ ਪਿਛੋਕੜ ਨੂੰ ਆਤਮਾਰ ਹੁਣ ਜਿਹੜੀ ਲਹਿਰ ਉੱਠੀ ਹੈ ਸਾਡੀ ਕਿਸਾਨੀ ਅੰਦੋਲਨ ਹੈ ਉਦੋਂ ਵੀ ਜਿਵੇਂ ਜਿਹੜੀ ਹੈਗੀ ਜੱਲਿਆਂ ਵਾਲੇ ਬਾਗ ਦੀ ਗੱਲ ਲਾ ਲੋ ਠੀਕ ਹੈ ਜੀ ਵੀ ਉਹਦੇ ਵਿੱਚ ਵੀ ਤਿੰਨ ਕਾਨੂੰਨ ਜਿਹੜੇ ਕਾਲੇ ਸੀਗੇ ਤਾਂ ਉਹਨਾਂ ਦੀ ਖਾਤਰੀ ਜਣਦੀ ਉਹ ਜਿਹੜੇ ਸੀਗੇ ਸ਼ਾਂਤਮਈ ਢੰਗ ਨਾਲ ਕਰ ਰਹੇ ਸੀ ਤੇ ਉਹਨਾਂ ਦੇ ਉੱਤੇ ਗੋਲੀਆਂ ਵਰਸਾਈਆਂ ਗਈਆਂ ਹੁਣ ਵੀ ਕੀ ਹੋ ਰਿਹਾ ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਕਿ ਮੈਂ ਇੱਕ ਵਾਅਦਾ ਕੀਤਾ ਸੀ ਕਿ ਮੈਂ ਪਹਿਲੀ ਗੱਲ ਮੈਂ ਮੇਰੇ ਕੋਲ ਗਾਇ ਨਹੀਂ ਜਾਂਦੇ ਵੀ ਉਹੋ ਜਿਹੇ ਗੀਤ ਜਿਹੜੇ ਵੀ ਐਵੇਂ ਭਾਵਨਾਵਾਂ ਨਾਲ ਖੇਡਣ ਵਾਲੇ ਜਿਵੇਂ ਚੱਲਦੇ ਰਹੇ ਪਹਿਲਾਂ ਜਿਵੇਂ ਚੱਲਦੇ ਰਹੇ ਜੀ ਤੇ ਮੈਂ ਕਿਸਾਨੀ ਅੰਦੋਲਨ ਨੂੰ ਮੈਂ ਇੱਕ ਜ਼ਮੀਦਾਰ ਘਰਾਣੇ ਦਾ ਪੁੱਤਰ ਹਾਂ ਮੈਂ ਇੱਕ ਕਿਸਾਨ ਦਾ ਪੁੱਤਰ ਹਾਂ ਮੈਨੂੰ ਪਤਾ ਹੈ ਕਿਸਾਨੀ ਕੀ ਹੈ ਕਿੰਨੀਆਂ-ਕਿੰਨੀਆਂ ਜੜੀਆਂ ਹੈਗੀਆਂ ਮੇਰੇ ਬਾਪੂ ਨੇ ਇੱਕ ਵਾਰੀ ਪਾਣੀ ਟੁੱਟ ਗਿਆ ਜੀ ਖਾਲ ਦਾ ਤੇ ਚੱਕ ਕੇ ਮੈਂ ਸਿਆਲਾਂ ਦੇ ਦਿਨ ਸੀਗੇ ਤੇ ਮੈਂ ਰੋਟੀ ਲੈ ਕੇ ਗਿਆ ਸੀ ਖੇਤ ਤੇ ਮੈਨੂੰ ਚੱਕ ਕੇ ਮੂੰਹੇ ਦੇ ਵਿੱਚ ਮੇਰੇ ਕੱਪੜੇ ਲਵਾ ਕੇ ਤੇ ਮੂੰਹੇ ਦੇ ਵਿੱਚ ਰੱਖ ਲਿਆ ਮੁੜ ਕੇ ਉਹ ਗਾਟੀਆਂ ਲਾਈ ਗਈ ਗਾਟੀਆਂ ਲਾ ਕੇ ਲਾ ਕੇ ਤੇ ਪਾਣੀ ਬਿਲਕੁਲ ਅਕਸਰ ਅਕਸਰ ਹੁੰਦਾ ਰਿਹਾ ਹੈ ਅਕਸਰ ਹੁੰਦਾ ਰਿਹਾ ਜੀ ਤੇ ਮੈਂ ਜੇ ਤੁਹਾਡੀ ਇਜਾਜ਼ਤ ਹੋਵੇ ਹੁਣ ਦਿਓ ਜੀ ਇਜਾਜ਼ਤ ਕਿਹੜੀ ਮੈਂ ਗੀਤ ਇੱਕ ਲਿਖਿਆ ਆਪਣੇ ਕਿਸਾਨੀ ਮੋਰਚੇ ਨੂੰ ਸੰਬੋਧਨ ਹੋਇਆ ਮੈਂ ਕੋਸ਼ਿਸ਼ ਕੀਤੀ ਹੈ ਮੇਰੀ ਇੱਕ ਕੋਸ਼ਿਸ਼ ਹੈ ਕਿ ਮੈਂ ਉਹਨਾਂ ਦਾ ਕਰਜ਼ ਉਤਾਰ ਸਕਾਂ ਮੈਂ ਉਹਨਾਂ ਨੂੰ ਸਮਰਪਣ ਕਰਾਂ ਮੈਂ ਉਹ ਉਹਨਾਂ ਦੇ ਹੀ ਲਈ ਗਾਵਾਂ ਠੀਕ ਹੈ ਲੇਕਿਨ ਮੈਂ ਕਿਸੇ ਦੀਆਂ ਭਾਵਨਾਵਾਂ ਦੇ ਨਾਲ ਮੈਂ ਮੈਨੂੰ ਨਹੀਂ ਲੋੜ ਕਿ ਮੈਨੂੰ ਕੋਈ ਪ੍ਰੋਗਰਾਮ ਦੇਵੇ ਕੋਈ ਮੈਨੂੰ ਪ੍ਰੋਗਰਾਮਾਂ ਦੇ ਉੱਤੇ ਸਦੇ ਕੋ ਮੈਂ ਪੈਸੇ ਲਈ ਗਾ ਰਿਹਾ ਨੋ ਇਹ ਮੇਰੀ ਡਿਊਟੀ ਹੈ ਮੈਂ ਆਪਣਾ ਫਰਜ਼ ਸਮਝ ਕੇ ਇਹਨੂੰ ਪੂਰਾ ਕੀਤਾ ਮੈਂ ਜੇ ਮੈਂ ਅੱਜ ਹੀ ਕੀਤਾ ਹੈ ਪੂਰਾ ਕੀਤਾ ਹੁਣ ਦੋ ਜੀ ਫਿਰ ਦੇ ਦੁਕਾਨੇ ਦੇ ਰੂਪ ਦੇ ਵਿੱਚ ਆਊਗਾ ਅਸੀਂ ਕੋਸ਼ਿਸ਼ ਹੈ ਸਾਡੀ ਭਾਈ ਜੀ ਹਾਂਗਕਾਂਗ ਤੋਂ ਨੇ ਕਸ਼ਮੀਰ ਸਿੰਘ ਸਹੋਲ ਜੀ ਸਾਡੀ ਸਾਰੀ ਸਤ ਰੰਗ ਐਂਟਰਟੇਨਮੈਂਟ ਟੀਮ ਜਿਹੜੀ ਹੈਗੀ ਹੈ ਜੀ ਉਹ ਮਾਸਟਰ ਜੀ ਹੋਰੀ ਹੈਗੇ ਗਿੱਲ ਸਾਹਿਬ ਹੋਰੇ ਉੱਥੇ ਹੋ ਜੇ ਟੁੱਟੀਆਂ ਵਾਲੇ ਟੁੱਟੀਆਂ ਵਾਲੇ ਜੀ ਤੇ ਉਹਨੇ ਜੱਸੀ ਬਾਜੀ ਹੋਰੀ ਹੈਗੇ ਆ ਤੇ ਨਵਤੇਜ ਬਾਜੀ ਹੋਰੀ ਹੈਗੇ ਆ ਅਸੀਂ ਸਾਰੀ ਟੀਮ ਸਾਡੀ ਮਿਲ ਕੇ ਜਾਂਦੀ ਅਸੀਂ ਕਰ ਰਹੇ ਆ ਇਹਦੇ ਵਿੱਚ ਮੇਰਾ 뮤직 ਸਨਿ ਸੈਮਨ ਹੈ ਮੁੰਡਾ ਸਾਡਾ ਬਹੁਤ ਪਾਇਦਾਰ ਹੈ ਜੀ ਉਹ ਹੀ ਮਿਕ ਸੰਗੀਤ ਵੀ ਹੋ ਕਰ ਰਿਹਾ ਇਹਦੇ ਵਿੱਚ ਮੇਰੀ ਖੁਸ਼ੀ ਦੀ ਗੱਲ ਇਹ ਹੈ ਵੀ ਜਿਹੜੀ ਹੈ ਬੀਬਾ ਸੁਮਨ ਪੱਟੀ ਜੀ ਬੜੀ ਸੀਨੀਅਰ ਆਰਟਿਸਟ ਹੈ ਬਹੁਤ ਸਰੀਲਾ ਗਾਉਣ ਵਾਲੀ ਵਿੱਚ ਬੱਚੀ ਆ ਉਹ ਉਹਦੀ ਆਵਾਜ਼ ਹੋਊਗੀ ਦੇ ਅਸੀਂ ਪੂਰਾ ਇਹਨੂੰ ਕਰਾਂਗੇ ਇੱਕ ਡਾਕਟਰ ਮੈਂ ਪੀ ਐਚ ਡੀ ਕੀਤੀ ਵੀ ਹੈ ਉਹਨਾਂ ਨੇ ਉਹ ਲੈਕਚਰਰ ਲੱਗੇ ਹੋਏ ਐ ਡਾਕਟਰ ਭਪਿੰਦਰ ਕੌਰ ਜੀ ਜੀ ਦੋਨੋਂ ਬੱਚੀਆਂ ਦੇ ਵਿੱਚੋਂ ਰੱਬ ਜਾਣੇ ਵੀ ਕੀ ਨੇ ਬੱਚੇ ਨੇ ਗੋਣਾ ਦੋਨੋਂ ਬੱਚੇ ਮੇਰੇ ਲਈ ਬਹੁਤ ਸਤਿਕਾਰਤ ਬੱਚੇ ਮੇਰੀਆਂ ਬਾਹਾਂ ਮੇਰੇ ਅੰਗ ਹੈ ਤੇ ਜੇ ਗੀਤ ਦੇ ਵਿੱਚ ਕੋਈ ਔਕਾਈ ਰਹੇਗੀ ਤਾਂ ਮੈਨੂੰ ਆਪ ਕੋਈ ਨਾ ਜੀ ਡਬਿੰਗ ਤੁਸੀਂ ਸੈੱਟ ਕਰ ਲਿਓ ਮੈਂ ਤੁਹਾਨੂੰ ਸੁਣਾਉਣਾ ਜੀ ਹਾਂਜੀ ਸਰ ਸ਼ੇਰ ਚੱਲਿਆ ਕਰਦੇ ਨੇ ਖੁਦਦਾਰ ਚੱਲਿਆ ਕਰਦੇ ਨੇ ਸਿਰ ਉਠਾ ਕੇ ਕੌਮ ਦੇ ਸਰਦਾਰ ਚੱਲਿਆ ਕਰਦੇ ਨੇ ਸਿਰ ਝੁਕਾ ਕੇ ਚੱਲਣ ਦੀ ਨਾ ਬਾਣ ਪਾਇਓ ਕੋਈ ਵੀ ਸਿਰ ਚੁਖਾ ਕੇ ਕੌਮ ਦੇ ਗਦਾਰ ਚੱਲਿਆ ਕਰਦੇ ਨੇ ਉਹ ਸਿਰ ਚੁਖਾ ਕੇ ਕੌਮ ਦੇ ਗਦਾਰ ਚੱਲਿਆ ਕਰਦੇ ਨੇ ਮੀਆਂ ਬੀਬੀ ਦੀ ਗੱਲ ਕਰਾਈ ਹੈ ਜੀ ਔਰ ਤੁਹਾਨੂੰ ਕਹਿੰਦੀ ਆਪਣੇ ਘਰ ਵਾਲੇ ਨੂੰ ਵੀ ਦੇਖ ਸੋਹਣਾ ਢੋਲਣਾ ਮਾਈਆ ਦੇਖ ਹੁਣ ਕੀ ਸਮਾਂ ਆ ਗਿਆ ਤੇ ਅਗੋ ਉਹਦੇ ਜਵਾਬ ਸੁਣਨਾ ਉਵੰਗਾ ਟੁੱਟਦੀਆਂ ਪੱਤਾ ਜਾਣ ਲੁੱਟੀਆਂ ਸਭ ਹੱਦਾਂ ਵੇ ਸਬਰ ਦੀਆਂ ਮੁੱਕੀਆਂ ਵੇ ਟੁੱਟਦੀਆਂ ਪੱਤਾ ਜਾਣ ਲੁੱਟੀਆਂ ਸਭ ਹੱਦਾਂ ਵੇ ਸਬਰ ਦੀਆਂ ਮੁੱਕੀਆਂ ਜੋ ਮੈਂ ਕਹਾ ਕਹਾ ਠੀਕ ਲੱਗੀ ਲੱਥਣੀ ਨਾ ਲੀਕ ਮਾੜਾ ਜ਼ਾਲਮ ਦਾ ਹੋ ਗਿਆ ਵਿਹਾਰ ਢੋਲਣਾ ਵੇ ਹੱਕ ਮੰਗੇ ਨਾ ਕੁਝ ਦੇਵੇ ਹੱਕ ਖੋਕੇ ਆਪਾ ਲੈਣ ਅਧਿਕਾਰ ਢੋਲਣਾ ਵੇ ਹੱਕ ਮੰਗੇ ਨਾ ਕੁਝ ਦੇਵੇ ਹੱਕ ਹੱਕ ਖੋ ਕੇ ਆਪਾਂ ਲੈਣੇ ਅਧਿਕਾਰ ਢੋਲਣਾ ਵੇ ਹੱਕ ਮੰਗੇ ਨਾ ਕੋਈ ਦੇਵੇ ਰਾਖੀ ਰੱਖ ਕੇ ਬਚਾਉਣੇ ਕਾਰਵਾਰ ਢੋਲਣਾ ਵੇ ਹੱਕ ਮੰਗੇ ਨਾ ਕੋਈ ਦੇਵੇ ਵੇ ਉਹ ਸਾਥੋਂ ਖੋ ਲੈਣ ਸਾਡੇ ਰੁਜ਼ਗਾਰ ਨਹੀਂ ਸਾਥੋਂ ਖੋ ਰਹੇ ਨੇ ਸਾਡੇ ਰੁਜ਼ਗਾਰ ਨਹੀਂ ਰਿਆ ਹਾਕਮਾਂ ਤੇ ਪੂਰਾ ਇਤਬਾਰ ਨਹੀਂ ਉਹ ਸਾਥੋਂ ਖੋ ਰਹੇ ਨੇ ਸਾਡੇ ਰੁਜ਼ਗਾਰ ਨਹੀਂ ਰਿਆ ਹਾਕਮਾਂ ਤੇ ਪੂਰਾ ਇਤਬਾਰ ਨਹੀਂ ਸਾਡੇ ਜ਼ਖਮ ਨੇ ਹਰੇ ਗੜੇ ਫਸਲਾਂ ਤੇ ਵਰੇ ਸਾਡੇ ਆਲਣੇ ਨਾ ਵੋਟ ਲੁੱਟ ਜਾਣ ਹਾਨਣੇ ਨਹੀਂ ਉੱਠੀ ਕੁੱਲੀ ਚੋਂ ਕ੍ਰਾਂਤੀ ਕ੍ਰਾਂਤੀਕਾਰ ਮਜ਼ਦੂਰ ਕਿਰਸਾਨ ਹਾਨਣੇ ਨਹੀਂ ਉੱਠੀ ਕੱਖਾਂ ਤੋਂ ਕ੍ਰਾਂਤੀ ਓ ਸਾਡੇ ਗੁਰਾਂ ਸਰਬੰਸ ਸਾਰਾ ਵਾਰਿਆ ਵੇਗੀ ਬਾਲੇ ਗਏ ਤੇ ਚਰਖੜੀ ਚੜ ਆਵੇ ਸਾਡੇ ਗੁਰਾਂ ਸਰਵੰਸ ਸਾਰਾ ਵਾਰਿਆ ਦੇਗੀ ਬੋਲੇਗੇ ਤੇ ਚਰਖੜੀ ਚਾੜਿਆ ਸਾਡੇ ਤਨ ਚੀਰੇ ਆਰੇ ਰੰਬੀ ਖੋਪਰ ਉਤਾਰੇ ਚਲੋ ਸਾਡੇ ਤਨ ਚੀਰੇ ਆਰੇ ਰੰਬੀ ਖੋਪਰ ਉਤਾਰੇ ਦੱਸੇ ਬੱਚਿਆਂ ਨੂੰ ਦੱਦਾਂ ਸਰਦਾਰ ਢੋਲਣ ਆਵੇ ਹੱਕ ਮੰਗੇ ਨਾ ਕਿ ਦੇਵੇ ਹੱਕ ਖੋ ਕੇ ਆਪਾਂ ਲੈਣੇ ਅਧਿਕਾਰ ਢੋਲਣ ਆਵੇ ਹੱਕ ਮੰਗੇ ਨਾ ਕੋਈ ਦੇਵੇ ਉਹ ਬੱਚਾ ਬੱਚਾ ਇਨਸਾਫ ਸਾਰਾ ਮੰਗਦਾ ਕਰ ਦਿੱਤਾ ਹੈ ਐਲਾਨ ਵੱਡੇ ਜੰਗ ਦਾ ਨਹੀਂ ਬੱਚਾ ਬੱਚਾ ਇਨਸਾਫ ਸਾਰਾ ਮੰਗਦਾ ਉਹ ਕਰ ਦਿੱਤਾ ਹੈ ਐਲਾਨ ਵੱਡੇ ਜੰਗ ਦਾ ਖੂਨ ਡੋਲ ਸਿਰ ਪਾੜ ਕੋਲ ਹੋਣਾ ਨਹੀਂ ਲਤਾੜ ਖੂਨ ਡੋਲ ਸਿਰ ਪਾੜ ਕੋਲ ਹੋਣਾ ਨਹੀਂ ਲਤਾੜ ਇੰਜ ਰੁਕਣਾ ਨਹੀਂ ਉੱਠਿਆ ਤੂਫਾਨ ਹਾਨਣੇ ਨਹੀਂ ਉੱਠੀ ਕੁੱਲੀ ਚੋਕ ਕ੍ਰਾਂਤੀ ਕ੍ਰਾਂਤੀਕਾਰ ਮਜ਼ਦੂਰ ਕਿਰਸਾਨ ਸੋਣੀਏ ਨਹੀਂ ਉੱઠી ਕੱਖਾਂ ਤੋਂ ਕ੍ਰਾਂਤੀ ਉਹ ਲੇਖ ਅੱਗੇ ਸੁਣਿਓ ਸਰ ਮੈਂ ਤੁਹਾਨੂੰ ਸਾਰਾ ਸਮਝ ਦੇਵਾਂ ਮੈਂ ਸਮਝਦਾ ਕਿ ਬਸਤਖੀ ਲਈ ਮਾਫੀ ਹਾਂ ਉਹਨਾਂ ਦੇ ਇਹ ਹੁੰਦੇ ਮਾਈ ਭਾਗੋ ਵਾਂਗੂ ਵਾਰ ਦੇਣੀ ਜਾਨ ਵੇ ਹੁਣ ਜੰਗ ਦੇ ਮੈਦਾਨ ਕੁਰਬਾਨ ਵੇ ਮਾਈ ਭਾਗੋ ਵਾਂਗੂ ਵਾਰ ਦੇਣੀ ਜਾਨ ਵੇ ਹੁਣ ਜੰਗ ਦੇ ਮੈਦਾਨ ਕੁਰਬਾਨ ਵੇ ਬੁਝ ਦਿਲੀ ਨਹੀਂ ਵਿਖਾਉਣੀ ਮੌਤ ਗਲ ਨਾਲ ਲਾਉਣੀ ਬੁਝ ਦਿਲੀ ਨਹੀਂ ਦਿਖਾਉਣੀ ਮੌਤ ਗਲ ਨਾਲ ਲਾਉਣੀ ਬਣੂ ਸਾਹਿਬਕੋੜ ਵਾਂਗੂ ਖੂ ਖਾਰ ਢੋਲਣਾ ਵੇ ਹੱਕ ਮੰਗੇ ਨਾ ਕੋਈ ਦੇਵੇ ਹੱਕ ਖੋ ਕੇ ਆਪਾਂ ਲੈਣੇ ਅਧਿਕਾਰ ਢੋਲਣਾ ਵੇ ਹੱਕ ਮੰਗੇ ਨਾ ਕੋਈ ਦੇਵੇ ਵੇ ਕੂਕੇ ਗਦਰੀ ਸਰਾਬੇਦਤ ਯਾਦ ਨੇ ਮਾਲੇ ਪਗੜੀ ਸੰਭਾਲ ਜੱਟਾ ਯਾਦ ਨੇ ਕੂਕੇ ਗਦਰੀ ਸਰਾਬੇਦਤ ਯਾਦ ਨੇ ਉਹ ਲਹਿਰ ਪਗੜੀ ਸੰਭਾਲ ਜੱਟਾ ਯਾਦ ਨੇ ਸਾਡੇ ਉਦਮ ਭਗਤ ਮਾਲੇ ਪਾਇਆ ਸੀ ਵਖਤ ਸਾਡੇ ਉਦਮ ਭਗਤ ਮਾਲੇ ਪਾਇਆ ਸੀ ਵਖਤ ਰਾਜ ਗੁਰੂ ਸੁਖਦੇਵ ਸਾਡੀ ਸ਼ਾਨ ਹਨ ਨੇ ਨਹੀਂ ਉੱਠੀ ਕੁੱਲੀ ਚੋਕ ਕ੍ਰਾਂਤੀ ਕ੍ਰਾਂਤੀਕਾਰ ਕਿਰਤੀ ਕਿਰਸਾਨ ਹਾਨਣੇ ਨਹੀਂ ਉਠੀ ਕੱਖਾਂ ਤੋਂ ਕ੍ਰਾਂਤੀ ਓ ਵਧੀਆ ਨਵੇਕਲੀ ਗੱਲ ਹੈ ਜੀ ਇੱਕ ਬਸ ਮੇਰੀ ਤਾਂ ਕੋਸ਼ਿਸ਼ ਹੈ ਜੀ ਵੀ ਮੈਂ ਕੁਛ ਨਾ ਕੁਛ ਦੇ ਸਕਾਂ ਇੱਕ ਮੇਰੀ ਧਰਤੀ ਮਾਂ ਦਾ ਮੇਰੇ ਤੇ ਕਰਜ਼ਾ ਹੈ ਇੱਕ ਮੇਰੇ ਅੰਨਦਾਤੇ ਦਾ ਮੇਰੇ ਤੇ ਕਰਜ਼ਾ ਹੈ ਜਿਹੜਾ ਸਿਖਾ ਰਹੇ ਹਾਂ ਹੁਣ ਭਾਵੇਂ ਮੈਂ ਸ਼ਹਿਰ 'ਚ ਰਹਿਣਾ ਖਾਤਰ ਅਸੀਂ ਕਿਸਾਨੀ ਚ ਹੀ ਰਹੇ ਹਨ ਜੀ ਸਹੀ ਸਹੀ ਅੰਨ ਦਾਤੇ ਦਾ ਦਿੱਤਾ ਹੀ ਖਾ ਰਹੇ ਹੈਗੇ ਮੈਂ ਜਿੰਨ ਦੀ ਉਸ ਗੱਲ ਨੂੰ ਮੰਨਦਾ ਹੈਗਾ ਜੇ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਵੀ ਮੇਰਾ ਇਹ ਗੀਤ ਜਿਹੜਾ ਹੈਗਾ ਮੈਂ ਕਿਸਾਨੀ ਜਾਂ ਘੋਲ ਦੀਆਂ ਭਾਵਨਾਵਾਂ ਨਾਲ ਜਾਂ ਸਾਡੇ ਸੰਘਰਸ਼ ਦੇ ਵਿੱਚ ਕੋਈ ਇਦਾਂ ਦੀ ਗੱਲ ਕਰ ਰਿਹਾ ਹਾਂ ਤਾਂ ਮੇਰੇ ਖਿਆਲ ਮਤਵ ਕੋ ਮੈਂ ਨਹੀਂ ਸੋਚਦਾ ਕਿ ਮੇਰਾ ਗੀਤ ਇਧਰ ਨੂੰ ਜਾਊਗਾ ਜਾਂ ਮੇਰੀਆਂ ਭਾਵਨਾਵਾਂ ਨਹੀਂ ਉਹ ਸਾਰੂਗੀ ਗੱਲ ਹੈ ਜੀ ਬਿਲਕੁਲ ਹਾਂ ਮੱਲਤ ਸਾਹਿਬ ਇੱਕ ਜਿਹੜੀ ਹੋਰ ਗੱਲ ਹੈ ਖਾਸ ਕਰਕੇ ਤੁਹਾਡੀ ਪਰਸਨੈਲਿਟੀ ਦੇ ਵਿੱਚ ਉਹ ਹੈ ਵੱਡੇ ਸ਼ਾਇਰਾਂ ਨੂੰ ਗਾਉਣਾ ਨਹੀਂ ਤਾਂ ਸਹਿਤਿਕ ਰੰਗ ਹੈ ਜਿਹੜਾ ਉਹ ਸਾਡੀ ਗਾਇਕੀ ਦੇ ਵਿੱਚ ਜਿਹੜੇ ਵੇਲੇ ਤੁਸੀਂ ਗਾਉਣ ਲਗਾਉਂ ਮਨਪੀ ਸੀ ਹੁਣ ਤਾਂ ਚਲੋ ਇਹ ਹੈ ਕਿ ਬਹੁਤਾ ਕਮਰਸ਼ੀਅਲ ਕੰਮ ਨਹੀਂ ਵੀ ਰਿਹਾ ਜਾਇਆ ਕਿ ਗਾਇਕੀ ਵਾਲੇ ਪਾਸੇ ਆਉਣਾ ਚੈਨਲ ਦੇ ਰਾਹੀਂ ਆਉਣਾ ਕੋਈ ਔਖੀ ਗੱਲ ਨਹੀਂ ਜੀ ਉਹਨਾਂ ਵੇਲਿਆਂ ਦੇ ਵਿੱਚ ਤਾਂ ਇਹ ਹੁੰਦਾ ਸੀ ਕਿ ਹਰ ਗੱਲ ਆ ਜਿਹੜੀ ਉਹ ਕਮਰਸ਼ੀਅਲ ਸੋਚ ਕੇ ਕੀਤੀ ਜਾਂਦੀ ਸੀ ਪਰ ਤੁਸੀਂ ਉਦੋਂ ਸਰਜੀਤ ਪਾਤਰ ਨੂੰ ਵੀ ਗਾਇਆ ਅਮਰਤਾ ਪ੍ਰੀਤਮ ਨੂੰ ਵੀ ਗਾਇਆ ਹੋਰ ਵੀ ਵੱਡੇ ਨਾਮ ਹੋਣਗੇ ਹਾਂ ਸਰ ਡਾਕਟਰ ਹਰਪ੍ਰੀਤ ਸਿੰਘ ਜੀ ਹੋਗੇ ਪ੍ਰੋਫੈਸਰ ਅਤਾ ਸਿੰਘ ਜੀ ਹੋਗੇ ਗੁਰਪ੍ਰੀਤਨ ਗਿੱਲ ਜੀ ਹੋਗੇ ਪ੍ਰੋਫੈਸਰ ਬਚਨਜੀਤ ਜੀ ਹੋਗੇ ਪ੍ਰੋਫੈਸਰ ਅਨੂਪ ਸਿੰਘ ਵਿਰਕ ਜੀ ਹੋਗੇ ਡਾਕਟਰ ਲਖਵਿੰਦਰ ਜੋਹਰ ਹੋਗੇ ਡੀਡੀ ਸਬਤੋਜ ਹੋਗੇ ਮੈਂ ਕਿਹਦਾ ਕਿਹਦਾ ਨਾਮ ਬਣਾਵਾਂ ਧਰਮ ਕਮਿਆਣਾ ਜੀ ਹੋਗੇ ਕਿੱਡੇ ਕਿੱਡੇ ਵੱਡੇ ਸ਼ਾਇਰ ਹੈ ਜਿਹੜੇ ਜਣਦੀ ਜਿਨ੍ਹਾਂ ਨੂੰ ਮੈਂ ਗਾ ਚੁੱਕਾ ਹ ਇਕਵਰੀਅਸ ਸੀ ਪਵਨੇਸ਼ਵਰ ਅਸੀਂ ਇਕੱਠੇ ਹੋਏ ਤੇ ਡਾਕਟਰ ਹਰਪ੍ਰਜਨ ਸਿੰਘ ਜੀ ਅਸੀਂ ਪਾਤਰ ਸਾਹਿਬ ਸੰਤੋਖ ਸਿੰਘ ਧੀਰ ਮਨਜੀਤ ਕੌਰ ਟਵਾਣਾ ਜੀ ਅਸੀਂ ਸਾਰੇ ਇਕੱਠੇ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਮੇਰੇ ਖਿਆਲ 88 ਦੀ ਗੱਲ ਹੈ ਜੀ ਤੇ ਅਸੀਂ ਸਟੇਜ ਦੇ ਉੱਤੇ ਗਾਇਆ ਚੱਲ ਬੁੱਲਿਆ ਤੈਨੂੰ ਪਿੰਡੋਂ ਬਾਹਰ ਛੱਡਾ ਡਾਕਟਰ ਹਰਪ੍ਰਜਨ ਸਿੰਘ ਨੂੰ ਚੱਲ ਬੁੱਲਿਆ ਤੈਨੂੰ ਪਿੰਡੋਂ ਬਾਹਰ ਛੱਡਾਵਾਂ ਇਸ ਪਿੰਡ ਵਿੱਚ ਤੇਰਾ ਕੋਈ ਨਾ ਮਹਿਰਮ ਕਿਸ ਤੋਂ ਮੁੱਲ ਕਰਾਵਾਂ ਚੱਲ ਬੁੱਲਿਆ ਤੈਨੂੰ ਪਿੰਡੋਂ ਬਾਹਰ ਛੱਡਾਵਾਂ ਤੇ ਜਦੋਂ ਮੈਂ ਸਟੇਜ ਤੋਂ ਆਏ ਪਿੱਛੇ ਗਏ ਤੇ ਡਾਕਟਰ ਹਰਪ੍ਰਿੰਤ ਸਿੰਘ ਜੀ ਉੱਠ ਕੇ ਆ ਗਏ ਮੈਨੂੰ ਕਹਿੰਦੇ ਉਹ ਪੁੱਤਰਾ ਉਹ ਕਹਿੰਦੇ ਤੂੰ ਉਦੋਂ ਜੰਮਿਆ ਵੀ ਜਦੋਂ ਸਾਡੀਆਂ ਸੇਵਿਆਂ ਦੇ ਵਿੱਚ ਲੱਤਾਂ ਮੈਂ ਕਿਹਾ ਸਰ ਤੁਸੀਂ ਬੇਫਿਕਰ ਹੋ ਜਾ ਬਲਤੀਰ ਦੇ ਸਿਰ ਦੇ ਉੱਤੇ ਹਿੰਮਤ ਦਾ ਥਾਪੜਾ ਰੱਖੋ ਆਸ਼ੀਰਵਾਦ ਦਿਓ ਬਲਤੀਰ ਤੁਹਾਡਾ ਲੇਟ ਜੰਮ ਕੇ ਵੀ ਜਾਣਦੀ ਤੁਹਾਡੀਆਂ ਜਿਹੜੀਆਂ ਧੋਣੇ ਧੋਣੇ ਤੋਂ ਲੇਟਾਂ ਜਿਹੜੀਆਂ ਹੈਗੀਆਂ ਫੇਟਾਂ ਇਹ ਸਾਰੀਆਂ ਕੱਟਾਂਗੇ ਮੈਂ ਕੱਟੀਆਂ ਲੇਕਿਨ ਸਿਰ ਜਿਹੜੇ ਸਰੋਤਾ ਵਰਗ ਹੈ ਸਾਡਾ ਇਹਦਾ ਮੈਂ ਕਿਹ ਚੀਜ਼ ਦੇਖਿਆ ਵੀ ਮੈਨੂੰ ਜੇ ਮਿਲੇ ਹੋਣ ਕਿਦਾ 5% 100 ਦੇ ਵਿੱਚੋਂ ਮਿਲੇ ਹੋਣਗੇ ਹੂੰ ਨਹੀਂ ਤਾਂ ਆ ਮਿਲਦਾ ਤੇ ਰੋਟੀ ਨਹੀਂ ਮਿਲਦੀ ਇਹ ਤਾਂ ਗੱਲ ਹੈ ਇਹ ਤਾਂ ਬਿਲਕੁਲ ਜੀ ਮੈਨੂੰ ਰਿਜਨ ਦੀ ਇੱਕ ਗਿਲਾ ਵੀ ਰਹੂਗਾ ਆਪਦੇ ਸਰੋਤਿਆਂ ਦੇ ਨਾਲ ਕਿ ਜਿਹੜਾ ਚੰਗਾ ਹੋਂਦਾ ਨਾ ਉਹਨੂੰ ਚੰਗਾ ਬਿਲਕੁਲ ਤਾਂ ਕਿ ਪਹਿਲਾਂ ਸਰ ਪਹਿਲਾਂ ਸਰ ਵੀ ਕਰੋ ਪਹਿਲਾਂ ਸਰ ਵੀ ਕਰੋ ਜੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੇਖੋ ਤੁਸੀਂ ਪਹਿਲਾਂ ਮੈਨੂੰ ਆਪਣਾ ਕਾਲਾ ਪੀਲ ਗਿਆ ਹੋ ਗਿਆ ਸੀ ਉਦੋਂ ਮੈਂ ਠੀਕ ਹੋਇਆ ਜੀ 17 ਤੋਂ 2017 ਤੋਂ ਮੇਰਾ ਬੇਟਾ ਪਿਆ ਮੇਰੇ ਬੇਟੀਆਂ ਕਿਡਨੀਜ਼ ਫੇਲ ਹੋ ਗਈਆਂ ਉਹਦੀ ਮੰਮਾ ਨੇ ਕਿਡਨੀ ਦਿੱਤੀ ਉਹ ਵੀ 19 ਦੇ ਵਿੱਚ ਮੈਂ ਉਸ ਵੇਲੇ ਕੈਨੇਡਾ ਟੂਰ ਤੇ ਸੀਗਾ ਜੀ ਮੈਨੂੰ ਪਿੱਛੇ ਫੋਨ ਗਿਆ ਜਦੋਂ ਇਹਨੂੰ ਪੀਜੀਆ ਲੈ ਕੇ ਬੇਟੇ ਨੂੰ ਵੀ ਕਿਡਨੀਆਂ ਫੇਰ ਫੇਲ ਹੋ ਗਈ ਕਿਡਨੀ ਤੇ ਤੁਸੀਂ ਇਮੇਜਿਨ ਕਰੋ ਵੀ ਤੀਜੇ ਦਿਨ ਜਿਹੜਾ ਹੈਗਾ ਜੀ ਡੈਲਸ ਹੁੰਦਾ ਜਾਂ ਉਹਦੇ ਪ੍ਰਬੰਧ ਕਰਨੇ ਸਾਰੇ ਜਾਂ ਹੁਣ ਜਿਹੜਾ ਹੈਗਾ ਉਹਦਾ ਆਪਰੇਸ਼ਨ ਹੁਕਮ ਕਰਾਉਣ ਦੀ ਬਵਤ ਹੈ ਵੀ ਡੋਨਰ ਲੈਣਾ ਹੈਗਾ ਜੀ ਤੁਸੀਂ ਮੈਨੂੰ ਦੱਸੋ ਵੀ ਮੈਂ ਸਹਿਤਿਕਾ ਕਿ ਮੈਂ ਨਾ ਉਹਦੇ ਬੱਚਿਆਂ ਦਾ ਢਿੱਡ ਪਰ ਸਕਿਆ ਨਾ ਮੈਂ ਜਿਹੜਾ ਹੈਗਾ ਵੀ ਆਪਦੇ ਬੱਚੇ ਦੇ ਲਾਰਜ ਪ੍ਰੋਪਰ ਕਰਵਾ ਪਾ ਰਿਹਾ ਹੈਗਾ ਜਿਹੜੀਆਂ ਜਿਹੜੀ ਇਹੋ ਜਿਹੇ ਸੱਟਾਂ ਹੁੰਦੀਆਂ ਉਹ ਅਸੀਂ ਜਿਹੜੇ ਹੈਗੇ ਨਵੇਂ ਆਉਣ ਵਾਲੇ ਬੱਚੇ ਹੈ ਜੀ ਨਵੀਂ ਜਨਰੇਸ਼ਨ ਹੈ ਨੌਜਵਾਨ ਪੀੜੀ ਅਸਰ ਅਸੀਂ ਉਹਨਾਂ ਨੂੰ ਕਿਹੜੇ ਹਸਬ ਨਾਲ ਕਹੀਏ ਕਿ ਬੱਚਾ ਵੀ ਤੁਸੀਂ ਸਾਰੇ ਲਿਟਰੇਰੀ ਗਾਣੇ ਗਾਓ ਉਹਨਾਂ ਨੂੰ ਮੈਂ ਜਣਦੀ ਐ ਨਹੀਂ ਬੇਨਤੀ ਕਰਦਾਂ ਮੈਂ ਵੀ ਲਿਟਰੇਰੀ ਵੀ ਰੱਖੋ ਜੀ ਤੇ ਆਪਦੇ ਦਾਲ ਫੁਰਕੇ ਦਾ ਵੀ ਫੁਲਕੇ ਦਾ ਵੀ ਜਰੂਰ ਰੱਖੋ ਆਪਦਾ ਭੋਖ ਜਰੂਰ ਸੋਚੋ ਕਿ ਤੁਸੀਂ ਸਾਡੇ ਵਾਂਗੂ ਨਾ ਪਛਤਾਓ ਕਿਉਂਕਿ ਕੋਈ ਬੰਦਾ ਜਿਹੜਾ ਹੈਗਾ ਕੋਈ ਮਾਈ ਲਾਲ ਦਾ ਲਾਲ ਜਿਹੜਾ ਹੈਗਾ ਕੋਈ ਸਹਿਤਕ ਸੱਥਾਂ ਜਾਂ ਜਿਹੜੀਆਂ ਹੈਗੀਆਂ ਵੱਡੀਆਂ ਵੱਡੀਆਂ ਕਲੱਬਾਂ ਜੀ ਜਾਂ ਜਿਹੜੇ ਆਪਣੇ ਆਪ ਨੂੰ ਸਹਿਦ ਦੇ ਰਾਖੇ ਖਵਾਉਣ ਵਾਲੇ ਕੋਈ ਬੰਦਾ ਨਹੀਂ ਅੱਗੇ ਆਉਂਦਾ ਜੀ ਨਾ ਹੀ ਸਰਕਾਰ ਅੱਗੇ ਆਉਂਦੀ ਹੈ ਇਹ ਏਜੰਟ ਦੀ ਸਿੱਧੂ ਸਾਹਿਬ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਨਹੀਂ ਬਿਲਕੁਲ ਕਹਿਣਾ ਵੀ ਚਾਹੀਦਾ ਮੈਂ ਤਾਂ ਕਹਿੰਨਾ ਵੀ ਸੰਘਰਸ਼ ਹੈ ਸੰਘਰਸ਼ ਕਰਨਾ ਜ਼ਿੰਦਗੀ ਹੈ ਮੈਂ ਕਦੇ ਵੀ ਜਣ ਦੀ ਜਿਹੜੀ ਮੇਰੀ ਅੱਖ ਹੈ ਮੈਂ ਆਪਦੀ ਅੱਖ ਨਾਲ ਹਮੇਸ਼ਾ ਅਸਮਾਨ ਵੱਲ ਤੱਕਿਆ ਕਿਉਂਕਿ ਜਦੋਂ ਮੈਂ ਜੇ ਮੇਰੀਆਂ ਅੱਖਾਂ ਥੱਲੇ ਨੂੰ ਵੀ ਆਉਣ ਤਾਂ ਮੇਰੀਆਂ ਅੱਖਾਂ ਧਰਤ ਤੇ ਨਾ ਆਉਣ ਮੇਰੀਆਂ ਅੱਖਾਂ ਦੇ ਵਿੱਚ ਸੋਚਾਂ ਉਹੀ ਰਹਿਣ ਮੇਰੇ ਅਸਮਾਨ ਦੇ ਤਾਰੇ ਮੇਰੇ ਚੰਨ ਚੰਦਰਮਾ ਸੂਰਜ ਉਹ ਮੈਂ ਉਹਨਾਂ ਨੂੰ ਦੇਖਦਾ ਰਹਾ ਮੈਂ ਉਸ ਲੈਵਲ ਦੀ ਮੇਰੀ ਸੋਚ ਹੈਗੀ ਆ ਆ ਜਿਹੜੇ ਗਾਣੇ ਹੈਗੇ ਜੀ ਗਾਉਣੇ ਜਿਹੜੇ ਆ ਚੱਕ ਦੇ ਘੜੇ ਤੋਂ ਕੋਲਾ ਮੰਦਗੇ ਰਾਮ ਰਖੀਏ ਵਗੈਰਾ ਤਾਂ ਇਹ ਤਾਂ ਭਾਵੇਂ ਸ਼ਾਮ ਨੂੰ ਤੁਸੀਂ ਵੀ ਕਰਵਾ ਲਓ ਲੇਕਿਨ ਜਿਹੜੀ ਸਾਡੀ ਉਮਰ ਆ ਸੀ ਆਪਦੀ ਉਮਰਾਂ ਦੇ ਵਿੱਚ ਜਿਹੜਾ ਕੰਮ ਚੱਲੇ ਹੈਗੇ ਆ ਮੈਂ ਰਹਾ ਜਾਂ ਨਾ ਰਹਾ ਪਰ ਗੀਤ ਮੇਰੇ ਰਹਿਣਗੇ ਮੰਦਾ ਜੇ ਮੈਨੂੰ ਕਹਿਣਗੇ ਚੰਗਾ ਵੀ ਮੈਨੂੰ ਕਹਿਣਗੇ ਮੈਸਜ ਸਭ ਆਪਣੀ ਬਹੁਤ ਦਰਸਦਾ ਜੀ ਕਿ ਰੱਬ ਦਾ ਬਖਸ਼ਾ ਬੋਲ ਹਾਂ ਕੋਈ ਭਗਤ ਫਰੀਦ ਕਬੀਰ ਹਾਂ ਮੈਂ ਮਨ ਦੀ ਜੋਤ ਜਗੇ ਮਨ ਮੰਦਰੀ ਸੋਹਣੇ ਦੀ ਤਸਵੀਰ ਹਾਂ ਮੈਂ ਬਣੇ ਖਰੀਦਦਾਰ ਤਾਂ ਵਿਕ ਜਾ ਬਣੇ ਖਰੀਦਦਾਰ ਤਾਂ ਵਿਕ ਜਾ ਅਣਖ ਦੀ ਭਰੀ ਜ਼ਮੀਰ ਹਾਂ ਮੈਂ ਮੋਹ ਦੇ ਬੋਲ ਹਕੀਮਤ ਮੇਰੀ ਰੂਹ ਦਾ ਰੱਜਾ ਅਮੀਰ ਹਾਂ ਮੈਂ ਫਲਸਫਾ ਨਾਨਕ ਗੁਰੂ ਗੋਬਿੰਦ ਵੈਰੀ ਲੇਸ਼ਮ ਸ਼ੀਰ ਹਾਂ ਮੈਂ ਚਨਾ ਦੇ ਪਾਰੋਂ ਪਾਰਲਾ ਰਾਂਝਾ ਖੀਰ ਲਈ ਤਕਦੀਰ ਹਾਂ ਮੈਂ ਬੁੱਲੇ ਸ਼ਾ ਹਾਂ ਕੀ ਗੁਰਦੁਆਰੇ ਮਸਜਿਦ ਮੰਦਰ ਕੀ ਗੁਰਦੁਆਰੇ ਮਸਜਿਦ ਮੰਦਰ ਨਿਰਮਲ ਨਿਰਸ਼ਾਲ ਨੀਰ ਹਾਂ ਮੈਂ ਆਸ਼ਿਕ ਸ਼ਰਤ ਉੱਚੇ ਰਹਿੰਦੇ ਬੱਜਿਆ ਨਹੀਂ ਜ਼ੰਜੀਰ ਹਾਂ ਵਾਹ ਬੁੱਲੇ ਸ਼ਾ ਵਾਰਿਸ ਦਾ ਵਾਰਿਸ ਸ਼ਾਹ ਹੁਸੈਨ ਫਕੀਰ ਹਾਂ ਮੈਂ ਧਰਮ ਮذਬ ਮੇਰੀ ਜ਼ਾਤ ਮੁਹੱਬਤ ਨਾ ਜਾਣਾ ਬਲ ਧੀਰਾਂ ਮੈਂ ਰੱਬ ਦਾ ਬਖਸ਼ੇ ਬੋਲਾਂ ਕੋਈ ਸਿੱਧ ਸਮੇਤਾ ਅਸੂਚਲੇ ਚੱਲਦੇ ਰਹੇਗਾ ਤੇ ਤੁਸੀਂ ਮੈਨੂੰ ਦੱਸੋ ਵੀ ਮੈਂ ਕੀ ਕਹਿ ਸਕਦਾ ਹੈਗਾ ਮੇਰੀ ਜਿਹੜੀ ਸੋਚ ਹੈਗੀ ਹੈ ਜਾਂ ਮੇਰੇ ਦੁਕਾਨੇ ਦੇ ਵਿੱਚ ਵੀ ਸੋਚ ਹੈਗੀ ਹੈ ਜਾਂ ਜਿਹੜੇ ਮੈਂ ਪਹਿਲਾਂ ਵੀ ਦੁਕਾਨੇ ਗਏ ਮੈਂ ਦੱਸਣਾ ਚਾਹਿਆ ਕਿ ਦੁਕਾਨੇ ਇਸ ਪ੍ਰਕਾਰ ਦੇ ਵੀ ਗਏ ਜਾ ਸਕਦੇ ਜਿੱਥੇ ਮੇਰੀਆਂ ਧੀਆਂ ਪੈਣਾ ਮਾਣਾ ਸਾਰੇ ਇੱਕ ਬਾਬਲ ਕਵੇ ਕਿ ਪੁੱਤ ਆ ਜਾ ਜਾਂ ਦਾਦਾ ਕਵੇ ਓਏ ਬੱਚੇ ਆ ਜਾ ਨਾਨਾ ਕਵੇ ਵਿੱਚ ਆਜ ਤਨ ਉਹ ਗਾਣਾ ਸੁਣਾਏਗੀ ਵੀ ਫਲਾਣੇ ਕਲਾਕਾਰ ਦਾ ਸਵਾਦ ਇਸ ਗੱਲ 'ਚ ਹੈਗਾ ਦੂਜੀ ਗੱਲਾਂ 'ਚ ਮੈਂ ਰੁੱਧਾ ਰਹਿ ਚੁੱਕਿਆ ਹੈਗਾ ਜੀ ਮੈਂ ਜਿਹੜੀ ਗੱਲ ਉਹ ਤੁਹਾਡੇ ਨਾਲ ਇਹ ਨਾ ਕਹਦੇ ਕਿ ਤੁਸੀਂ ਮੈਂ ਟੈਂਦੀ ਕਲਾ ਦੀ ਗੱਲ ਕੀਤੀ ਹੈ ਮੈਂ ਸਿਰਫ ਉਹ ਟੈਂਦੀ ਕਲਾ ਦੀ ਗੱਲ ਨਹੀਂ ਹੈ ਉਹ ਸਿਰਫ ਆਪਦੀ ਬਾਬਤ ਦੱਸ ਦੇਣਾ ਚੰਗਾ ਹੁੰਦਾ ਕੁਝ ਲੁਕੋ ਕੇ ਨਾ ਰੱਖੋ ਤੁਸੀਂ ਜੇ ਕੋਈ ਤੁਹਾਨੂੰ ਦੁੱਖ ਪਿਆ ਤਾਂ ਤੁਸੀਂ ਕੋਠੇ 'ਚ ਛੜ ਕੇ ਕੂਕੋ ਸਹੀ ਕਿਉਂਕਿ ਕੋਈ ਨਾ ਕੋਈ ਤਾਂ ਦੁੱਖ ਸੁਣਨ ਵਾਲਾ ਹੋਊਗਾ ਤੁਹਾਡਾ ਜੇ ਕਿਸੇ ਨੂੰ ਚੰਗਾ ਲੱਗਦਾ ਵੀ ਸਿਹਤ ਗਾਇਕੀ ਹੋਣੀ ਚਾਹੀਦੀ ਆ ਹਾਂ ਮੈਂ ਇੱਕ ਗੱਲ ਇੱਥੇ ਕਹਿੰਨਾ ਬਾਈ ਜੀ ਕਸ਼ਮੀਰ ਸਿੰਘ ਸੋਹਲ ਜੀ ਜਿਹੜੇ ਐ ਸੱਤ ਰੰਗ ਐਂਟਰਟੇਨਰਸ ਵਾਲੇ ਜਾਂ ਸਾਡੀ ਬਾਬਾ ਫਰੀਦ ਸੋਸਾਇਟੀ ਹੈ ਸਰੀ ਦੇ ਵਿੱਚ ਜਿਹੜੇ ਸਾਡੇ ਹਾਕੀ ਦੇ ਜਾਂ ਬਾਸਕਟਬਾਲ ਦੇ ਜਿਹੜੇ ਪਲੇਅਰਸ ਹੈਗੇ ਜਾਂ ਪਲਵਾਨ ਵਗੈਰਾ ਹੈਗੇ ਕਿਉਂਕਿ ਮੈਂ ਵੀ ਸਪੋਰਟਸ ਵਿੰਗ ਦੇ ਵਿੱਚ ਰਹਿ ਆਂ ਜੀ ਮੇਰੀ ਵਾਲੀਬਾਲ ਗੇਮ ਹੁੰਦੀ ਸੀ ਜੀ ਤੇ ਉਹ ਸਾਰੇ ਮਿਲ ਕੇ ਮੇਰੇ ਨਾਲ ਆ ਮੈਨੂੰ ਕਹਿੰਦੇ ਕਹਿੰਦੇ ਵੀ ਤੈਨੂੰ ਕਿਸੇ ਵੇਲੇ ਵੀ ਦੁੱਖ ਆਉਂਦਾ ਤੂੰ ਸਾਨੂੰ ਬਸ ਸਿਰਫ ਮਿਸ ਕਾਲ ਕਰਨੀ ਹੈਗੀ ਆ ਹੋਰ ਨਹੀਂ ਤੂੰ ਕੁਛ ਵੀ ਕਰਨਾਗਾ ਅਸੀਂ ਤੇਰੇ ਨਾਲ ਖੜੇ ਹੈਗੇ ਆਂ ਬਾਈ ਜੀ ਕਸ਼ਮੀਰ ਸਿੰਘ ਜੀ ਸੋਲ ਜਿਹੜੇ ਹੈਗੇ ਆ ਹਾਂਗਕਾਂਗ ਵਾਲੇ ਸਤਰੰਗ ਐਂਟਰਟੇਨਮੈਂਟ ਵਾਲੇ ਉਹ ਹੁਣ ਸਾਰਾ ਖਰਚਾ ਜਿਹੜਾ ਹੈਗਾ ਜੀ ਉਹ ਮੈਨੂੰ ਮੈਂ ਨਹੀਂ ਤਾਂ ਚੁੱਪ ਕਰਕੇ ਬੈਠ ਗਿਆ ਸੀ ਆਪਦੇ ਗੀਤ ਲੈ ਕੇ ਜੀ ਤੇ ਉਹਨਾਂ ਨੇ ਹੁਣ ਮੈਨੂੰ ਇਹ ਕਿਹਾ ਵੀ ਨਹੀਂ ਤੁਸੀਂ ਸਾਡੇ ਵੱਡੇ ਭਰਾ ਹੋ ਤੁਸੀਂ ਆਉਣਾ ਆਉਣਾ ਤੁਸੀਂ ਬੈਠਣਾ ਨਹੀਂ ਬਸ ਤੁਸੀਂ ਗਾਉਣਾ ਤਸਦੂ ਸਾਹਿਬ ਇਸ ਕਰਕੇ ਸਾਰੇ ਚੰਗੇ ਦੋਸਤਾਂ ਦੀਆਂ ਸੂਕੀਆਂ ਦੇ ਨਾਲ ਤੁਹਾਡੇ ਵਰਗੇ ਜਿਹੜੇ ਨੇਕ ਰੂਹਾਂ ਵਾਲੇ ਲੋਕ ਆ ਮੈਂ ਉਹਨਾਂ ਦੀਆਂ ਨੇਕ ਰੂਹਾਂ ਦੇ ਕਰਕੇ ਨੇਕ ਨੀਤਾਂ ਦੇ ਕਰਕੇ ਮੈਂ ਅਕਿਆਰਿਆ ਹੈਗਾ ਤੇ ਤੁਹਾਨੂੰ ਸਮੇਂ-ਸਮੇਂ ਦੇ ਉੱਤੇ ਜਿਹੜੇ ਹੈ ਗੀਤ ਕੁਛ ਨਾ ਕੁਛ ਮੈਂ ਦਿੰਦਾ ਰਹੂੰਗਾ ਜੀ ਮੇਰਾ ਅਸਲ 'ਚ ਤਾਂ ਨੇਕ ਰੂਹਾਂ ਨਹੀਂ ਜਿੜ ਭਟਕਦੀਆਂ ਰੂਹਾਂ ਸੀ ਔਰ ਇਹ ਅਸ਼ਾਂਤਾਂ ਤੇ ਰਹੀ ਗੱਲ ਇਹ ਕਿ ਜਿਹੜਾ ਵੇਲਾ ਸੀ ਜਦੋਂ ਪੰਜਾਬ ਦੇ ਵਿੱਚ ਅਸ਼ਾਂਤੀ ਸੀ ਜੀ ਉਸ ਵੇਲੇ ਇੱਕ ਛੋਡਾ ਗੀਤ ਸੀ ਜਦੋਂ ਕਦੇ ਇਤਿਹਾਸ 'ਚ ਗੱਲਾਂ ਹੋਣ ਕੀ ਹਾਂ ਉਸੇਗਾ ਸਰ ਜੀ ਦੀ ਸ਼ਾਮੇ ਨੇ ਕੁੱਤਾ ਵੀ ਬਹਿ ਸਕਦਾ ਉਸ ਰੁੱਖ ਦੀ ਤਤੜੀ ਸ਼ਾਨ ਨੂੰ ਪੁੱਛ ਦੁਨੀਆਂ ਵਿੱਚ ਭਰਾ ਨੇ ਬਾਹ ਹੁੰਦੇ ਉਹ ਬੰਗਣੇ ਪਈ ਜਿਹੜੀ ਟੁੱਟੀ ਬਾਹ ਨੂੰ ਪੁੱਛ ਰਸੀਆਂ ਧਰ ਕੇ ਸ਼ਰੀਕਾਂ ਨੇ ਜੋ ਵੰਡੀ ਉਤਰ ਗਿਆਂ ਦੀ ਉਤਰੀ ਤਾਂ ਨੂੰ ਪੁੱਛ ਔਏ ਦੁੱਖ ਕਿੰਨਾ ਕੋ ਹੁੰਦਾ ਮਾਲਿਆ ਪੁੱਤਰਾਂ ਦਾ ਓਏ ਕਿਸੇ ਮਰੇ ਹੋਏ ਪੁੱਤਰ ਦੀ ਮਾਂ ਤੋਂ ਪੁੱਛ ਮਾਂ ਨੂੰ ਪੁੱਛ ਕਿਸੇ ਮਰੇ ਹੋਏ ਪੁੱਤਰ ਦੀ ਮਾਂ ਨੂੰ ਪੁੱਛ ਜਦ ਕਿਦਰੇ ਇਤਿਹਾਸ ਚ ਗੱਲਾਂ ਹੋਣਗੀਆਂ ਬੇਮੌਤੇ ਮਰਿਆ ਨੂੰ ਅੱਖੀਆਂ ਰੋਣਗੀਆਂ ਇਹ ਸੀਗਾ ਜੀ ਮੈਂ ਹੁਣ ਜਿਆਦਾ ਮੇਰੀ ਯਾਦ ਨਹੀਂ ਕਿਉਂਕਿ ਬਹੁਤ ਦੇਰ ਹੋ ਗਈ ਸਰ ਉਹ ਗਾਣਾ ਆਇਆ ਪਰ ਲੋਕਾਂ ਦੀ ਯਾਦ ਹੈ ਲੋਕਾਂ ਦੀ ਯਾਦ ਹੈ ਜੀ ਹਾਂਜੀ ਹਾਂਜੀ ਤੁਹਾਡੀ ਬੜੀ ਮਿਹਰਬਾਨੀ ਤੇ ਮਾਲਸਾ ਤੁਹਾਡੀ ਜ਼ਿੰਦਗੀ ਦਾ ਇੱਕ ਪੱਖ ਇਹ ਵੀ ਹੈ ਕ੍ਰिएशन ਜਿਹੜੀ ਹੈ ਨਾ ਹਰ ਵੇਲੇ ਇੱਕ ਕ੍ਰिएशन ਆ ਤੁਹਾਡੇ ਘਰ ਦੇ ਦਰਵਾਜ਼ੇ ਤੋਂ ਵੱਢ ਜਾਂਦੇ ਆ ਤਾਂ ਹਰੇਕ ਥਾਂ ਦੇ ਉੱਤੇ ਇੱਕ ਬੋਰਡ ਹੈ ਇੱਕ ਸਟicker ਹੈ ਇੱਕ ਵੱਡੀ ਗੱਲ ਆ ਉਹਦੇ 'ਚ ਥੋੜੇ ਜਿਹਾ ਸ਼ਬਦਾਂ 'ਚ ਤੇ ਰਹੀ ਗੱਲ ਹੈ ਕਿ ਇੱਕ ਵੱਡੀ ਕ੍ਰिएशन ਜਿਹੜੀ ਇਲੈਕਟ੍ਰਿਕ ਤੂੰਬੀ ਹਾਂਜੀ 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 ਬਸ ਮੇਰੀ ਸੋਚ ਇਹ ਰਹੀ ਹੈ ਜੀ ਕਿ ਮੈਂ ਜੇ ਮੈਂ ਘਰ ਦੇ ਵਿੱਚ ਵੀ ਆ ਤੇ ਹੁਣ ਆਪਾਂ ਬੈਠੇ ਆਪਾਂ ਸ਼ਾਂਤੀ ਦੇ ਵਿੱਚ ਬੈਠੇ ਹੈਗੇ ਆ ਤੁਸੀਂ ਮੇਰੇ ਹਰ ਇੱਕ ਦਰਵਾਜ਼ੇ ਦੇ ਉੱਤੇ ਜਿਹੜਾ ਹੈਗਾ ਅਨੋਖੇ ਤੇ ਕੱਲੇ ਜਿਹੜਾ ਮੇਰਾ ਹਾਂਜੀ ਮੇਰਾ ਹੈ ਜੀ ਉਹ ਫੁੱਲ ਤੇ ਕੰਡੇ ਦਸਤਕ ਦਰ ਠੀਕ ਹੈ ਜਣ ਦੀ ਸੰਗੀਤ ਸੰਸਾਰ ਜਿਹੜਾ ਮੇਰੇ ਅੱਡੋ ਅੱਡੀ ਹੈ ਆਂਦਰਾਂ ਦੇ ਸੇਕ ਠੀਕ ਹੈ ਜੀ ਉਥੇ ਜਣ ਦੇ ਕੋਈ ਹੋਰ ਬੰਦਾ ਇੰਟਰ ਨਹੀਂ ਕਰ ਸਕਦਾ ਸਿਰਫ ਮੇਰੇ ਪਰਿਵਾਰਕ ਧੀਆਂ ਪੁੱਤ ਜਿਹੜੇ ਹੈਗੇ ਮੇਰੇ ਉਹ ਚਾਹੁੰਦਾ ਆਂਦਰਾਂ ਦੇ ਆਂਦਰਾਂ ਦਾ ਸੇਕ ਜਾਂ ਆਂਦਰਾਂ ਦੇ ਸਾਹ ਠੀਕ ਹੈ ਇਹ ਮੇਰੀ ਪਤਾ ਨਹੀਂ ਸਿੱਧੂ ਸੋ ਤੁਹਾਡੇ ਵਰਗੇ ਲੋਕਾਂ ਨੇ ਮੈਨੂੰ ਤੁਸ਼ ਬੁੱਧੀ ਦਿੱਤੀ ਹੈ ਵੀ ਲੋਕਾਂ ਦੇ ਨਾਲ ਮੇਰੇ ਕੋਲ ਮਿਲ ਕੇ ਉਸ ਤਰ੍ਹਾਂ ਨਹੀਂ ਚੱਲਿਆ ਜਾ ਸਕਦਾ ਹਰ ਇੱਕ ਦੇ ਨਾਲ ਮੇਰੀ ਦੋਸਤੀ ਨਹੀਂ ਨੇ ਬਰੀ ਜੀ ਕਿਉਂਕਿ ਮੈਂ ਕਿਹਨਾ ਬਿਬਲ ਧੀਰ ਜਦੋਂ ਤੂੰ ਸੱਚ ਬੋਲਦਾ ਤੇਰੇ ਨਾਲ ਕੋਈ ਦੂਜਾ ਝੂਠ ਬੋਲੇ ਜੇ ਦੂਜਾ ਸੱਚ ਬੋਲਦਾ ਤੂੰ ਕਿਉਂ ਝੂਠ ਬੋਲੇ ਜੇ ਜਣਦੀ ਤੁਸੀਂ ਸੱਚ ਦੇ ਉੱਤੇ ਚੱਲਦੇ ਹੋ ਜੀ ਤਾਂ ਤੁਹਾਡੇ ਨਾਲ ਕਿਉਂ ਤੁਹਾਡੀਆਂ ਭਾਵਨਾਵਾਂ ਦੇ ਨਾਲ ਖੇਡਿਆ ਜਾਵੇ ਮੈਂ ਬਿਲਕੁਲ ਇਸ ਹੱਕ ਦੇ ਵਿੱਚ ਨਹੀਂ ਜਿਹੜੀ ਵੀ ਗੱਲ ਕਹਿਣੀ ਕਿਸੇ ਨੂੰ ਸ਼ਰਯਾਮ ਕਹਿ ਦਿਓ ਉਹਦੇ ਵਿੱਚ ਇੱਕ ਦੋ ਪਲ ਦਾ ਉਹਨੂੰ ਗੁੱਸਾ ਲੱਗੂਆ ਉਹਨੇ ਵਰਤਨਾ ਹੋਊਗਾ ਵਰਤਲੂਗਾ ਨਹੀਂ ਵਰਤਨਾ ਨਾ ਵਰਤੇ ਹੁਣ ਜਿਹੜੇ ਲੋਕ ਹੈਗੇ ਜਿਹੜੇ ਇਦਾਂ ਦੇ ਆ ਜਿਹੜੇ ਕ੍ਰੋਸਿੰਗ ਵਾਲੇ ਲੋਕ ਹੁੰਦੇ ਆ ਜਿਵੇਂ ਅੱਜ ਤੁਸੀਂ ਮੇਰੇ ਯਾਰ ਦੋਸਤੋਂ ਤੁਸੀਂ ਪ੍ਰਿੰਸੀਪਲ ਸਾਹਿਬ ਦੇ ਨਾਲ ਤਕੜ ਸਾਹਿਬ ਦੇ ਨਾਲ ਮੈਨੂੰ ਮਿਲਾਤਾ ਕੱਲ ਨੂੰ ਮੈਂ ਤੁਹਾਨੂੰ ਭੁੱਲ ਕੇ ਤੇ ਉਹਨਾਂ ਨੂੰ ਸਿੱਧਾ ਹੀ ਕਰੀ ਜਾਵਾਂ ਵੀ ਨਹੀਂ ਜੀ ਬਸ ਉਹ ਸਿੱਧੂ ਸੋਕ ਅਸੀਂ ਤਾਂ ਜਦੋਂ ਵੀ ਆਉਣਾਗਾ ਖੀਵਾ ਤੋਂ ਘਰ ਪੁੱਛ ਕੇ ਆਉਣਾ ਉਹ ਖੀਵਾ ਸਾਹਿਬ ਉਹ ਤਾਂ ਮੇਰੇ ਪ੍ਰਾਣੇ ਆ ਨਾ ਖੀਵਾ ਸਾਹਿਬ ਹੁਣ ਪੱਪੀ ਆ ਸਾਡਾ ਬੈਠਾ ਉਥੇ ਯੂਏਈ ਦੇ ਵਿੱਚ ਤੇ ਪੱਪੀ ਕਰਕੇ ਵੱਡੇ ਬਾਈ ਰਖੀਵਾ ਸਾਹਿਬ ਹੈਗੇ ਆ ਠੀਕ ਹੈ ਹੁਣ ਇਹ ਤੁਹਾਡੇ ਨਾਲ ਹੀ ਆਉਂਦੇ ਆ ਸਾਲਾਂ ਪਿੱਛੋਂ ਮੈਨੂੰ ਜੋ ਨਹੀਂ ਤਾਂ ਇਹਨੇ ਕਦੇ ਮੈਨੂੰ ਪੁੱਛਿਆ ਨਹੀਂ ਫੋਨ ਕਰਕੇ ਮਨ ਕਿਵੇਂ ਤੇ ਤੂੰ ਵੀ ਦੀ ਗੱਲ ਆਪਾਂ ਕਰਦੇ ਸੀ ਹਾਂਜੀ ਹਾਂਜੀ ਤੂੰ ਵੀ ਦੀ ਸਰ ਆਪਣਾ ਕਿਉਂਕਿ ਮੇਰੇ ਦਰਸ਼ਕੋ ਜਿਹੜਾ ਸਮਾਂ ਉਸ ਨੂੰ ਕਦੇ ਨਹੀਂ ਸਮਾਦਨ ਦਾ ਜਿਹੜਾ ਸਮੇਂ ਦੀ ਕਦਰ ਪਛਾਣਦਾ ਨਹੀਂ ਰੱਬ ਉਸ ਨੂੰ ਕਦੇ ਨਾ ਕਰੇ ਉੱਚਾ ਜਿਹੜਾ ਆ ਪੁੱਛਾ ਹੋਣ ਜਾਣਦਾ ਨਹੀਂ ਪੈਰਾਂ ਹੀਟ ਜੋ ਕੱਖ ਲਤਾੜਿਆ ਜਾਏ ਉਹਨਾਂ ਕੱਖਾਂ ਨੂੰ ਡੰਗਰ ਪਛਾਣਦਾ ਨਹੀਂ ਲੋਕ ਉਸ ਨੂੰ ਕਦੇ ਨਾ ਕਹਿਣ ਸੂਰਾ ਜਿਹੜਾ ਗੋਲੀ ਹੈਗੇ ਛਾਤੀ ਤਾਨਦਾਰ ਨਹੀਂ ਛਾਤੀ ਤਾਨਣ ਦੀ ਗੱਲ ਬਾਅਦ ਦੇ ਵਿੱਚ ਆਉਂਦੀ ਹੈ ਜਿਹੜਾ ਸਮੇਂ ਦੀ ਕਦਰ ਨਹੀਂ ਪਛਾਣਦਾ ਕਿਉਂਕਿ ਸਮਾ ਸਿੱਧੂ ਸਾਹਵਰੋਂ ਦੇ ਕੋਲੇ ਘਟ ਹੈ ਸਮਾ ਆਪਣੀ ਚਾਲੇ ਚੱਲ ਰਿਹਾ ਸਮਾ ਸਾਡੇ ਇਸ ਪ੍ਰੋਗਰਾਮ ਦੇ ਅਖੀਰਲੇ ਪੜਾਵਲ ਵੱਧ ਰਿਹਾ ਤੇ ਥੋੜੇ ਜਿਹਾ ਸਮੇਂ ਦੇ ਵਿੱਚ ਅਸੀਂ ਸਿਰਫ ਮੈਂ ਤੂੰ ਵੀ ਦਾ ਟੱਚ ਦੇਵਾਂਗਾ ਤੇ ਜਿਹੜੀ ਇੱਕ ਦੋ ਗੱਲਾਂ ਮੈਂ ਕਰਨੀਆਂ ਚਾਹੁੰਨਾ ਉਹ ਮੈਂ ਸਿੱਧੂ ਸਾਹਿਬ ਖਾਨ ਦੇ ਸਹਿਯੋਗ ਦੇ ਸਦਕਾ ਤੁਹਾਡੇ ਤੱਕ ਪਹੁੰਚਾ ਸਕਾਂ ਕਿ ਆਉਣ ਵਾਲਾ ਅਸੀਂ ਕੀ ਕਰ ਰਹੇ ਹਾਂ ਕੀ ਸਾਡੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਹੈਗੀਆਂ ਅਸੀਂ ਉਲੀਕਿਆ ਵਿਆ ਉਹ ਅਸੀਂ ਕਿਸ ਨਾਮ ਕਰਕੇ ਯੋਜਨਾਵਾਂ ਸਾਡੀਆਂ ਕੀ ਹੈ 5 ਸਾਲਾਂ ਦੀ ਯੋਜਨਾ ਤਾਂ ਨਹੀਂ ਕਿਤੇ ਪਹਿਲਾ ਪਹਿਲਾ ਨਮੇੜ ਲੈਣਾ ਨਹੀਂ ਜੀ ਇਸ ਜਦੋਂ ਸਾਬ ਇਹ ਦਾ ਟੱਚ ਜੀ ਤੇ ਮੈਂ ਥੋੜਾ ਜਿਹਾ ਜੇ ਥੋੜਾ ਹੁਕਮ ਹੋਵੇ ਤਾਂ ਆਪਾਂ ਜਾਂਦੇ ਜਾਂਦੇ ਅ ਗੱਲ ਕਰ ਲਈਏ ਕਿ ਅਸੀਂ ਜਿੱਦਾਂ ਸੁਖਵਿੰਦਰ ਸੁਖੀ ਜੀ ਹੈਗੇ ਆ ਆਪਣੇ ਲੋਕ ਗਾਇਕ ਬਹੁਤ ਵਧੀਆ ਹਮਮ ਨਹੀਂ ਸਰ ਉਹ ਤੇਰੇ ਵਾਂਗੂ ਸੁਖਵਿੰਦਰ ਬਾਂਝੀ ਹੋਈ ਸਰ ਸਾਰਾ ਪੰਜਾਬ ਦਾ ਸਾਰਾ ਮੈਂ ਪੰਜਾਬ ਗਾ ਲਿਆ ਅ ਅਸੀਂ ਦੋਨੋਂ ਜਾਣੇ ਮਿਲ ਕੇ ਇੱਕ ਲੋਕਤੱਤ ਦੇ ਰਹੇ ਆ ਜੀ ਉਹ ਲੋਕਤੱਤ ਉਸ ਵੇਲੇ ਦਾ ਲਿਖਿਆ ਗਿਆ ਕਿਉਂਕਿ ਮੇਰੇ ਅੰਦਰ ਕੀੜਾ ਮੈਂ ਪੜਨੋਂ ਨਹੀਂ ਹਟਦਾ ਜੀ ਮੈਂ ਸਭ ਤੋਂ ਵੱਡੇ ਉਸਤਾਦ ਮੇਰੀਆਂ ਕਿਤਾਬਾਂ ਨੇ ਮੈਂ ਨੂੰ ਬਹੁਤ ਜਿਆਦਾ ਪੜਦਾ ਜੀ ਕਿੱਸਾ ਕਾ ਮੈਂ ਬਹੁਤ ਪੜਿਆ ਜੀ ਬਾਬੂ ਰਜ਼ਬੁੱਲ੍ਹਾ ਸਾਹਿਬ ਉਹਨੂੰ ਗਾਉਣ ਵਾਲਾ ਮਾਹਲਾ ਤੁਹਾਡੇ ਕੋਲ ਬੈਠਾ ਬਹੁਤ ਬਹੁਤ ਜੁੜੇ ਹੈਗੇ ਜਾਂ ਸਾਹਿਤਕ ਗੀਤਾਂ ਦੀ ਗੱਲ ਜਿਵੇਂ ਤੁਸੀਂ ਕੀਤੀ ਵੱਡਾ ਨਾਂ ਹੈ ਵੀ ਉਹਨਾਂ ਦਾ ਤੇ ਵੀ ਸਾਹਿਤਕ ਗੀਤਾਂ ਦੇ ਵਿੱਚ ਵੀ ਬਲਤੀਰ ਤੁਹਾਡਾ ਜਣ ਦੀ ਆਇਆ ਤੇ ਇਹਨੇ ਗਾਇਆ ਜੀ ਠੀਕ ਹੈ ਮੇਰੇ ਮਗਾ ਇੱਕ ਬਹੁਤ ਮੇਰੇ ਭਰਾ ਗਾ ਰਹੇ ਹੈਗੇ ਮੇਰੀਆਂ ਭੈਣਾਂ ਵੀ ਗਾ ਰਹੀਆਂ ਮੇਰੀਆਂ ਧੀਆਂ ਵੀ ਆ ਰਹੀਆਂ ਮੇਰੇ ਪੁੱਤਰ ਵੀ ਆ ਰਹੇ ਹੈਗੇ ਤੇ ਉਹ ਪੂਰਨ ਭਗਤ ਨੂੰ ਜਦ ਜਾਂਦਾ ਜਾਂਦਾ ਜਦੋਂ ਸਾਰਾ ਕੁਝ ਵਾਪਰ ਜਾਂਦਾ ਤੇ ਲੂਣਾ ਨੇ ਜੋ ਝੂਠ ਫਰੇਵ ਕਹਿਣਾ ਸੀ ਕਰ ਲਿਆ ਆਪਾਂ ਮੁਕਾਈਏ ਗੱਲ ਤੇ ਜਿਸ ਵੇਲੇ ਹੁਕਮ ਹੋਇਆ ਜਲਾਦਾ ਨੂੰ ਕਿ ਉਹ ਲੈ ਕੇ ਤੁਰਨ ਲੱਗੇ ਆ ਤੇ ਰਾਣੀ ਉਹ ਆਪਣੀ ਗੋਲੀ ਨੂੰ ਭੇਜਦੀ ਆ ਬਈ ਪੂਰਨ ਨੂੰ ਕਹੇ ਪੂਰਨਾ ਅਜੇ ਵੀ ਮੰਨ ਜਾ ਬਈ ਆਖਰੀ ਮੌਕਾ ਮੈਂ ਤੇਰਾ ਆਖਰੀ ਮੌਕਾ ਮੈਂ ਅਜੇ ਵੀ ਰਾਜੇ ਨੂੰ ਜਣਦੀ ਸਾਰਾ ਕੁਝ ਕਰ ਲਵਾਂਗੀ ਤੂੰ ਬੇਪ੍ਰਵਾਹ ਹੋ ਗਿਆ ਤੇ ਉਸ ਵੇਲੇ ਉਹ ਫਿਰ ਅੱਗੋਂ ਜਿਹੜਾ ਹੈਗਾ ਜਵਾਬ ਦਿੰਦਾ ਹੈ ਪੂਰਨ ਪੂਰਨ ਕਹਿੰਦਾ ਉਹ ਭਲੇ ਲੋਕ ਜੋ ਕਸ਼ਮੀਰ ਨਾਲ ਹੁਣ ਅਸੀਂ ਉਹ ਤਾਂ ਹੋ ਗਿਆ ਤੇ ਹੁਣ ਜਿਹੜਾ ਆਉਣ ਵਾਲਾ ਸਮਾਂ ਉਹ ਤੈਨੂੰ ਮੈਂ ਦੱਸਦਾ ਕਹਿੰਦਾ ਵੀ ਕੀ ਹੋਊਗਾ ਉਹ ਇਸ ਚੀਜ਼ ਨੂੰ ਅਸੀਂ ਬਿਆਨ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਜੀ ਅੰਤ ਦਾ ਅੰਤ ਅੰਤ ਪਿਆ ਗਾਉਣਾ ਵੇਲਾ ਅੰਤ ਅੰਤ ਦਾ ਆਉਣਾ ਅੰਤ ਦਾ ਅੰਤ ਅੰਤ ਪਿਆ ਗਾਉਣਾ ਵੇਲਾ ਅੰਤ ਅੰਤ ਦਾ ਆਉਣਾ ਪੁੱਤ ਨੇ ਮਾਂ ਨੂੰ ਜਦੋਂ ਤਕਾਉਣਾ ਉਹਦੋਂ ਰੱਬ ਕੋ ਲਾਉ ਜੀ ਸਣ ਲੋ ਅਣ ਵਿਆਹੀ ਮਾਂ ਬਣ ਜੂ ਚੇਲੀ ਨੂੰ ਗੁਰੂ ਸੋਹਰਾ ਬਹੁ ਪੁੱਤ ਦੀ ਧੀ ਨੂੰ ਬਾਪ ਯਾਰ ਨੂੰ ਨਾਰ ਜਿਉਂਦੇ ਕੰਤ ਹੰਡਾਉ ਜੀ ਉਹ ਸਣ ਲੋ ਅਣ ਵਿਆਹੀ ਮਾਂ ਬਣ ਜੂ ਚੇਲੀ ਨੂੰ ਗੁਰੂ ਸੋਹਰਾ ਬਹੁ ਪੁੱਤ ਦੀ ਧੀ ਨੂੰ ਬਾਪ ਯਾਰ ਨੂੰ ਨਾਰ ਜਿਉਂਦੇ ਕੰਤ ਹੰਡਾਉ ਜੀ ਵਿਸ਼ੇਚ ਨਰ ਨਾਰੀ ਰੁੜ ਵਿਸ਼ੇਚ ਨਰ ਨਾਰੀ ਬਾਮਣ ਮੀਟ ਨ ਪੀਣਗੇ दारू ਗਉ ਛੜ ਕੁੱਤੇ ਨੂੰ ਪਾਉਣਗੇ ਚੂਰੀ ਹੰਸ ਦੀ ਚੋਗ ਕਾਵਾਂ ਨੇ ਖੋਣੀ ਗੁੰਡੀ ਪਰਦਾਨ ਬਣੂ ਲੰਡਾ ਤੇ ਚੌਰਾ ਚੌਦਰਾ ਮਾਣੂ ਉਹ ਸਿਰ ਚੜ ਬੋਲੂ ਲੁੱਚੀ ਬਦਕਾਰ ਵੇਸਵਾ ਜਤੀ ਸਦਾਉ ਸੋਣੀ ਚੋਰ ਜੋਗ ਕਮਾਉਣਗੇ ਚੋਰ ਜੋਗ ਕਮਾਉਣਗੇ ਬਿਰਦ ਹੋਏ ਮਾਪੇ ਲੋਕਾਂ ਕਰੋ ਕੱਢਣੇ ਰਹੂ ਨਾ ਭੈਣ ਨਾ ਭਾਉ ਜੀ ਸੁਣ ਲੋ ਆਣ ਬਿਆਹੀ ਮਾ ਬਣ ਜੂ ਚੇਲੀ ਨੂੰ ਗੁਰੂ ਸੋਹਰਾ ਬੂ ਪੁੱਤ ਦੀ ਤੀਨੂ ਬਾਪ ਯਾਰ ਨੂੰ ਨਾਰ ਜਿਉਂਦੇ ਕੰਤ ਹੰਡਾਉ ਜੀ ਮਾਉਣ ਤੇ ਮਾਲਾ ਸਾਹਿਬ ਗੱਲ ਇਹ ਹੈ ਕਿ ਹੁਣ ਨਵੇੜੀ ਗੱਲ ਬਸ ਤਾਂ ਕਹਦੇ ਹੁੰਦੇ ਨੇ ਕਿ ਆਪਣੇ ਵੱਲੋਂ ਸਾਰੀ ਗੱਲ ਮੁਕਾ ਬੈਠੇ ਹਾਲੇ ਵੀ ਇੱਕ ਹੌਂਕਾ ਤੇਰੀ ਗੱਲ ਕਰੇ ਗੱਲ ਕਰੇ ਤੇ ਮੈਂ ਕਹਿਣਾ ਹੁੰਦਾ ਕਿ ਹੌਂਕਾ ਅਟਕੀ ਜਾਣਾ ਚਾਹੀਦਾ ਹੁੰਦਾ ਹੈ ਕਿਉਂਕਿ ਕਿਤੇ ਨਾ ਕਿਤੇ ਫੇਰ ਚੀਜ਼ ਜੀ ਬਾਕੀ ਹੁੰਦੀ ਹੈ ਹਾਂਜੀ ਤੇ ਇੱਥੋਂ ਜੋ ਆਪਾਂ ਗੱਲ ਨਵੇੜਨ ਤੋਂ ਪਹਿਲਾਂ ਇਹ ਜ਼ਰੂਰ ਦੱਸ ਲਈਏ ਦਰਸ਼ਕਾਂ ਨੂੰ ਜੀ ਸਰ ਕਿ ਅੱਗੇ ਕੀ ਕਰ ਰਹੇ ਹਾਂ ਬਚਪਨ ਤੋਂ ਲੈ ਕੇ ਲੋਰੀਆਂ ਤੋਂ ਲੈ ਕੇ ਤੇ ਮੈਂ ਹਰ ਇੱਕ ਰਸਮਾਂ ਉਹਦੀਆਂ ਲਿਖੀਆਂ ਹੈਗੀਆਂ ਮੈਂ ਉਹਦਾ ਨਾਮ ਰੱਖਿਆ ਹੈਗਾ ਚਾਵਾਂ ਦੀ ਫੁਲਕਾਰੀ ਜੀ ਤੇ ਕਿਤਾਬ ਦਾ ਹਜੇ ਰੂਪ ਤਾਂ ਨਹੀਂ ਮੈਂ ਦੇ ਸਕਿਆ ਕਿਉਂਕਿ ਮੈਂ ਤੀਜੇ ਦਿਨੋਂ ਹਸਪਤਾਲ ਹੁੰਨ ਜੀ بیٹے ਦਾ ਮੇਰੇ ਦਾ ਦੁਖਾਂਤ ਏਡਾ ਵੱਡਾ ਹੈਗਾ ਮੇਰੇ ਉੱਤੇ ਕਹਿ ਕੇ ਬਿਲਕੁਲ ਬਿਲਕੁਲ ਤੇ ਉਹ ਮੇਰਾ ਹੈਗਾ ਵੀ ਉਹਦੀਆਂ ਘਟੋ ਘਟ ਜਿਹੜੇ ਹੈਗੇ ਆ ਮੇਰੇ ਖਿਆਲ ਤੋਂ 5 ਜਾਂ 6 ਐਪੀਸੋਡ ਉਹਦੇ ਬਣਨਗੇ ਜੀ ਜਣ ਦੀ 5 5 6 6 ਗੀਤਾਂ ਦੇ ਜੀ ਜੀ ਅਸੀਂ ਉਹ ਜ਼ਰੂਰ ਕਰਨਾ ਚਾਹੁੰਦੇ ਮੈਂ ਜਾਂਦੇ ਜੀਣ ਦੀ ਉਹ ਕਰਨਾ ਚਾਹਨਾ ਕਿ ਮੈਂ ਕਰਨਾ ਹੈ ਮੈਂ ਦੇਣਾ ਹੈ ਸਾਡਾ ਵਿਰਸਾ ਕੀ ਸੀਗਾ ਸਾਡੇ ਗੀਤ ਕਿਹੋ ਜਿਹੇ ਸੀ ਸਾਡਾ ਮੇਲ ਮਲਾਪ ਕਿਹੋ ਜਿਹਾ ਸੀ ਸਾਡਾ ਰਹਿਣ ਸਹਿਣ ਕੀ ਸੀ ਸਾਡਾ ਖਾਣ ਪੀਣ ਕੀ ਸੀ ਠੀਕ ਹੈ ਸਰ ਤੇ ਕੁਛ ਗੀਤ ਫਿਰ ਮੈਂ ਟੁੱਟਵੇਂ ਇਹ ਰਿਸ਼ਤਾ ਜੀ ਹੁਣ ਰਿਸ਼ਤਾ ਤੋੜਨਾ ਜਾਇ ਜੋ ਨਾ ਨਾ ਇਹ ਰਿਸ਼ਤਾ ਕਿਤੇ ਹੁੰਹਾਂ ਦੇ ਰਿਸ਼ਤੇ ਕਿਤੇ ਤੋੜਦੇ ਆ ਸਰ ਸਮਾ ਤਾਂ ਆਪਾਂ ਖਤਮ ਕਰ ਰਹੇ ਹੈਗੇ ਆ ਉਹਦੇ ਨਾਲ ਕਿਤੇ ਰਿਸ਼ਤੇ ਨੂੰ ਖਤਮ ਉਹਨਾਂ ਨੂੰ ਤਰੇੜ ਨਹੀਂ ਪਹੁੰਚਣੀ ਚਾਹੀਦੀ jo jay come ho me please J ਖੰਡ ਦਾ ਭੰਨ ਦੇਂਦੀ ਚੂੜਾ ਰੋਂਦੀ ਤੇ ਗੁਰਲਾਉਂਦੇ ਮਨਜੂਰ ਮਿਆ ਭਾਵੇਂ ਮਰ ਜਾਂਦੀ ਨਿ ਪਰ ਇਸ਼ਕ ਨੂੰ ਧਰਗ ਨਾਲ ਲਾਉਂਦੀ ਦੁੱਖ ਗਰੀਬੀ ਨੂੰ ਮੈਂ ਭੁੱਲੀਏ ਹੜੇ ਮੇਲ ਕਰਾਂ ਜਉਂਦੇ ਹੀਰ ਦਾ ਮਰ ਗਿਆ ਹਾਂ ਹੀਰ ਦਾ ਮਰ ਗਿਆ ਰਿਸ਼ਤਾ ਮੇਰਾ ਸਾਈਂ ਓ ਰੱਬਾ ਹੋ ਜਾਂਦੇ ਹੀਰ ਦਾ ਮਰ ਗਿਆ ਰਿਸ਼ਤਾ ਮੇਰਾ ਸਾਈਂ ਓ ਰੱਬਾ ਹੋ ਜਾਂਦੇ ਹੀਰ ਦਾ ਮਰ ਗਿਆ ਰਿਸ਼ਤਾ ਮੇਰਾ ਸਾਈਂ ਓ ਰੱਬਾ ਹੋਵੇ ਮਰਦ ਜਾਤ ਦੀ ਔਰਤ ਹੱਤਕ ਕਰ ਜਾਵੇ ਸੁਣਿਓ ਜੀ ਇਹ ਨਾ ਹੋਵੇ ਮਰਦ ਜਾਤ ਦੀ ਔਰਤ ਹੱਤਕ ਕਰ ਜਾਵੇ ਇਹ ਨਾ ਹੋਵੇ ਮਰਦ ਨਾਰ ਨੂੰ ਨਿੰਦ ਦਾ ਨਿੰਦ ਦਾ ਠਰ ਜਾਵੇ ਮਿੱਤਰੋਂ ਦੇ ਮੂੰਹੋਂ ਖੰਡਦੀਆਂ ਡਲੀਆਂ ਮੱਲੇ ਨੂੰ ਬਖਸ਼ਾਈਂ ਓ ਰੱਬਾ ਜਉਂਦੀ ਹੀ ਹੀਰ ਦਾ ਮਰ ਗਿਆ ਹਾਂ ਹੀਰ ਦਾ ਮਰ ਗਿਆ ਰਿਸ਼ਤਾ ਮੇਰਿਆ ਸਾਈਂ ਓ ਰੱਬਾ ਜਉਂਦੀ ਹੀ ਹੀਰ ਦਾ ਮਰ ਗਿਆ ਰਿਸ਼ਤਾ ਮੇਰਿਆ ਸਾਈਂ ਓ ਰੱਬਾ ਸ਼ਾਈ ਬੇਲੇ ਚ ਉਦਾਸੀ ਆਈ ਚਨਾ ਵਿੱਚ ਕਾ ਆਹਾਹਾ ਸ਼ਾਈ ਬੇਲੇ ਚ ਉਦਾਸੀ ਆਈ ਚਨਾ ਵਿੱਚ ਕਾਂਗ ਹੋਈ ਵੰਜਲੀ ਉਦਾਸ ਛੇੜੇ ਵਰ ਹੋਦੇ ਰਾਗ ਹੀਰ ਨਾਲ ਔਰਾਂਜੇ ਦੀਆਂ ਪਈਆਂ ਜਦੋਂ ਦੂਰੀਆਂ ਓਏ ਹੋਏ ਰੂ ਪੈਸ਼ਨ ਨੇ ਤੇ ਬਿਲਕੁਪੀਆਂ ਆਹੋ ਹਾਏ 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 ਕੀ ਬਾਤ ਸੁਧਰ ਸਾਹਿਬ ਐਸੇ ਗੱਲਾਂ ਤੁਹਾਨੂੰ ਵਾਰ-ਵਾਰ ਸਜਦਾ ਕਰਦੇ ਆ ਕਿਉਂਕਿ ਬਾਬੇ ਜਦੋਂ ਤੁਸੀਂ ਉਹਨਾਂ ਨੂੰ ਸੋਚੀ ਪੈ ਜਾਂਦਾ ਬਈ ਯਾਰ ਕਿਤੇ ਕੋਈ ਬਸ ਸੋਚ ਕੇ ਹੀ ਸੋਚਣਾ ਹੁੰਦਾ ਜੀ ਬਹੁਤਾ ਨਹੀਂ ਸੋਚਣਾ ਫੇਰ ਮਿਲਾਂਗੇ ਤੁਹਾਡਾ ਹਾਂ ਥੈਂਕ ਯੂ ਪੰਜਾਬੀ ਨਿਊਜ਼ ਆਨਲਾਈਨ ਜਦੇ ਜਿੰਨੇ ਵੀ ਮੇਰੀ ਸਾਰੀ ਟੀਮ ਐ ਸਾਰੇ ਪ੍ਰਬੰਧਕਾ ਉਹਨਾਂ ਨੂੰ ਕੋਟ ਕੋਟ ਸਲਾਮ ਦੁਆ ਮੇਰੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਸਲਾਮ ਦੁਆ ਤੁਸੀਂ ਤੇ ਤੁਸੀਂ ਸਾਰੇ ਸੱਜਣ ਮਿੱਤਰ ਮੇਰੀ ਵਾਹਿਗੁਰੂ ਅਗੇ ਅਰਦਾਸ ਹੈ ਕਿ ਪਰਮਾਤਮਾ ਮੇਰੇ ਸੱਚੇ ਪਾਤਸ਼ਾਹ ਤੁਹਾਨੂੰ ਸਦਾ ਤੰਦਰੁਸਤੀ ਬਲੰਦੀਆਂ ਤੇ ਤਰੱਕੀਆਂ ਬਖਸ਼ੇ ਤੁਹਾਡੀਆਂ ਲੰਮੀਆਂ ਉਮਰਾਂ ਹੋਣ ਲੰਮੀਆਂ ਉਮਰਾਂ ਪੇਗੋ ਖੁਸ਼ੀਆਂ ਨਾਲ ਖੇਡਦੇ ਰਹੋ ਖੁਸ਼ੀਆਂ ਤੁਹਾਡੇ ਸਦਾ ਹੀ ਬੂਹੇ ਦੇ ਦਰ ਦੇ ਉੱਤੇ ਦਸਤਕ ਦਿੰਦੀਆਂ ਰਹਿਣ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਬਹੁਤ ਮਹਿਬੂਬ